ਸੜੀ ਹੈਦੈਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੂਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੂਰੈਂਸ ਕਰਵਾ ਸਕਦੇ ਹੋ ਇੰਸ਼ੂਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2504082722500 ਟੇਕਨ ਇਮੀਗ੍ਰੇਸ਼ਨ ਲਾਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਰਿਟਰਨ ਇਨੀਸ਼ੀਏਟ ਕੀਤਾਣਾ 4159090503 ਮਨਜੀਤ ਸਿੰਘ ਕੁਲਵਰ ਅਵਤਾਰ ਸਿੰਘ ਮਨਜਲ ਕੋਲੋਵਿਸ ਸੁਖਨਾਮ ਸਿੰਘ ਅਮਰਜੀਤ ਸਿੰਘ ਦਸਾਨ ਸਨਨੀ ਪੁਰੇਵਾਲ ਯੂਬਾਸਟੀ ਲਖਵੀਰ ਸਿੰਘ ਸਾਬਨਾ ਟੈਕਸਸ ਹਰਪਾਲ ਸਿੰਘ ਵਰਜੀਨੀਆ ਹਰਨੇਕ ਸਿੰਘ ਪਾਪਲਾ ਰੈਂਟਨ ਵਾਸ਼ਿੰਗਟਨ ਐਚ ਐਨ ਐਮ ਆਇਲ ਅੰਟਾਰੀਓ ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋ ਕਰਨੈਲ ਸਿੰਘ ਰੰਧਾਵਾ ਟਰਲੌਕ ਗੁਰਨੇਸ਼ ਸਿੰਘ ਬਾਗਰੀ ਫਰੈਜ਼ਨੋ ਗਰੇਵਲ ਟਰੈਵਲ ਸਰਵਿਸਿਜ਼ ਯੂਬਰਸਿਟੀ ਟੈਕਸ ਪੇਰੋਲ ਵੀਜ਼ਾ ਓਸੀਆਈ ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਦੇ ਲਈ ਕਾਲ 5307517605 ਇਨਾ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 76 98 ਜੀ ਅਜਵੀਆਂ ਖਬਰਾਂ ਵਾਲਾ ਇਹ ਤੇ ਅ ਯੂ ਐਸ ਦੇ ਜਿਹੜੇ ਫਾਈਟਰ ਜੈਟਸ ਆ ਉਹਨਾਂ ਨੇ ਇਰਾਨ ਦੇ ਨਾਲ ਲਿੰਕਡ ਜਿਹੜੇ ਸਾਈਟਸ ਹੈਗੇ ਆ ਸੀਰੀਆ ਦੇ ਵਿੱਚ ਜੋ ਮਿਲਿਟੈਂਟਸ ਉੱਤੇ ਹੈਗੇ ਆ ਉਹਨਾਂ ਦੇ ਉੱਤੇ ਅੱਜ ਸਵੇਰੇ ਅਟੈਕ ਕੀਤਾ ਹੈਗਾ ਇਰਾਨ ਦੀ ਰੈਵੋਲਿਊਸ਼ਨਰੀ ਗਾਰਡ ਕਾਰਪਸ ਜਿਹੜੇ ਆ ਉਹਨਾਂ ਦੇ ਦੁਆਰਾ ਟ੍ਰੇਨਿੰਗ ਦਿੱਤੀ ਜਾ ਰਹੀ ਜੋ ਸੀਰੀਆ ਦੇ ਵਿੱਚ ਜੋ ਫਾਈਟਰਸ ਆ ਉਹਨਾਂ ਨੇ ਪਿਛਲੇ ਦਿਨਾਂ 'ਚ ਯੂ ਐਸ ਏ ਦੇ ਜੋ ਉੱਥੇ ਬੇਸਸ ਆ ਉਹਨਾਂ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਸਬੰਧ ਦੇ ਵਿੱਚ ਯੂ ਐਸ ਨੇ ਅ ਅੱਜ ਸਵੇਰੇ ਉੱਥੇ ਜਿਹੜਾ ਆ ਅਟੈਕ ਕੀਤਾ ਹੈਗਾ ਸੋ ਇਹ ਵੀ ਦੱਸਿਆ ਜਾ ਰਿਹਾ ਪਈ ਜਿਹੜਾ ਗਰੁੱਪ ਹੈਗਾ ਰਾਨੀਨ ਬੈਕ ਗਰੁੱਪ ਹੈਗਾ ਅ ਸੀਰੀਆ ਦੇ ਵਿੱਚ ਹੈਗਾ ਇਜ਼ਰਾਈਲ ਵਾਲਿਆਂ ਨੇ ਆਲਰੇਡੀ ਆਪਣੀ ਜੰਗ ਹਮਾਸ ਦੇ ਅਗੇਂਸਟ ਸ਼ੁਰੂ ਕੀਤੀ ਹੋਈ ਹੈਗੀ ਆ ਅ F16 ਫਾਈਟਰ ਜੈਡ ਜਿਹੜੇ ਦੋ ਸੀਗੇ ਉਹਨਾਂ ਨੇ ਬੋਕਮਲ ਨਾਮ ਦਾ ਜੋ ਏਰੀਆ ਆ ਉੱਥੇ ਸਵੇਰੇ ਜਿਹੜੀ ਆ ਅ ਬੰਬਾਰਡਮੈਂਟ ਕੀਤੀ ਹੈਗੀ ਜੀ ਬਿਲਕੁਲ ਹ ਇਹ ਈਰਾਨ ਤੇ ਯੂਐਸ ਦੇ ਵਿੱਚ ਵੀ ਤਲਖੀ ਜਿਹੜੀ ਉਹ ਵੱਧ ਰਹੀ ਹੈ ਜੇ ਹੁਣੇ-ਹੁਣੇ ਉਦਾਂ ਈਰਾਨ ਦਾ ਕਾਫੀ ਮਨੀ ਜਿਹੜੀ ਆ ਅਨਫ੍ਰੀਜ਼ ਕਿਤੀ ਗਈ ਸੀਗੀ ਬਿਲੀయన్స్ ਆਫ ਜਿਹੜੇ ਉਹ ਡਾਲਰ ਉਸ ਦੇ ਵਿੱਚ ਤੇ ਈਰਾਨ ਨੇ ਵੀ ਜਿਹੜਾ ਸਟੈਂਡ ਲਿਆ ਸੀ ਗਾਜ਼ਾ ਵਾਲੇ ਪੈਲਸਟਿਨੀਆਂ ਦੇ ਜਿਹੜਾ ਉਹ ਨਾਲ ਅਮਰੀਕਾ ਨੇ ਆਪਣੇ ਦੋ ਜੰਗੀ ਜਿਹੜੇ ਵੇੜੇ ਉਹਨਾਂ ਦੀਆਂ ਜਿਹੜੀਆਂ ਵਸ਼ਕਾਆਂ ਉੱਥੇ ਕਲਾਈਆਂ ਹੋਈਆਂ ਤੇ ਉਸ ਤੋਂ ਬਾਅਦ ਦੇ ਵਿੱਚ ਈਰਾਨ ਦੇ ਨਾਲ ਵੀ ਤਲਖੀ ਜਿਹੜੀ ਉਹ ਵਧੀ ਆ ਅਮਰੀਕਾ ਨੇ ਚੇਤਾਵਨੀ ਪਹਿਲਾਂ ਹੀ ਦਿੱਤੀ ਸੀ ਵੀ ਭਾਈ ਸਾਡੇ ਫੌਜੀਆ ਦੇ ਉੱਤੇ ਜਾਂ ਸਾਡੇ ਕਿਸੇ ਵੀ ਇਹੋ ਜੀ ਥਾਂ ਦੇ ਉੱਤੇ ਹਮਲਾ ਕਰਨ ਦੀ ਜੇ ਸੋਚੀ ਵੀ ਤਾਂ ਕੋਸ਼ਿਸ਼ ਕੀਤੀ ਤਾਂ ਉਸ ਦਾ ਜਿਹੜੀ ਜਵਾਬੀ ਕਾਰਵਾਈ ਹੈ ਬਹੁਤ ਸਖਤ ਹੋਊਗੀ ਤੇ ਹੁਣ ਯੂ ایس ਜਿਹੜਾ ਸੀਰੀਆ ਦੇ ਵਿੱਚ ਇਹਨਾਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਈਰਾਨ ਦੇ ਦੁਆਰਾ ਜਿੰਨਾ ਗਰੁੱਪਸ ਨੂੰ ਬੈਕ ਕੀਤਾ ਜਾ ਰਿਹਾ ਹੈ ਉਹਨਾਂ ਉੱਤੇ ਹੁਣ ਜਵਾਬੀ ਹਮਲੇ ਕੀਤੇ ਗਏ ਨੇ ਜਿਹੜੇ ਡਰੋਨ ਹਮਲੇ ਕੁਝ ਦਿਨ ਪਹਿਲਾਂ ਹੋਏ ਸੀਗੇ ਯਾਦ ਹੋਣਾ ਹੈ ਪ੍ਰੈਜ਼ੀਡੈਂਟ ਜਿਹੜੇ 트럼ਪ ਹੋਣਾ ਦੇ ਕਾਰਜਕਾਲ ਦੇ ਵਿੱਚ ਉਹਨਾਂ ਦਾ ਇੱਕ ਤਹੜਾ ਜਿਹੜਾ ਲੀਡਰ ਆ ਈਰਾਨ ਦਾ ਉਸ ਨੂੰ ਮਿਜ਼ਾਈਲ ਦੇ ਨਾਲ ਜਿਹੜਾ ਆ ਉਹ ਉਡਾ ਦਿੱਤਾ ਗਿਆ ਸੀ ਉਸ ਨੂੰ ਉੱਥੇ ਸਟ੍ਰਾਈਕ ਕੀਤਾ ਗਿਆ ਸੀਗਾ ਇਹ ਜਿਹੜਾ ਗ੍ਰੀਨ ਬੈਲਟ ਆ ਉਸ ਦੇ ਵਿੱਚ ਇਹ ਸਾਰਾ ਕੁਝ ਹੋਇਆ ਪੈਂਟਾਗਨ ਤੋਂ ਜਿਹੜੀ ਸਟੇਟਮੈਂਟ ਜਿਹੜੀ ਆ ਰਹੀ ਹੈ ਡਿਫੈਂਸ ਸਕੱਤਰ ਜਿਹੜੇ ਨੇ ਲਾਇਡ ਆਸਟਨ ਉਹਨਾਂ ਨੇ ਕਿਹਾ ਵੀ ਪ੍ਰੀਸੀਜਨ ਸੈਲਫ ਡਿਫੈਂਸ ਸਟ੍ਰਾਈਕਸ ਜਿਹੜੀਆਂ ਆ ਉਹ ਕੀਤੀਆਂ ਗਈਆਂ ਨੇ ਇਹ ਰਿਸਪੌਂਸ ਸੀਗਾ ਜਿਹੜਾ ਆਨ ਗoing ਤੇ ਆ ਮੋਸਟਲੀ ਉਤਾਂ ਜਿਹੜੇ ਅਨਸਕਸੈਸਫੁਲ ਅਟੈਕ ਸੀਗੇ ਯੂਐਸ ਪਰਸਨਲ ਦੇ ਉੱਤੇ ਇਰਾਕ ਤੇ ਸਰੀਆ ਦੇ ਵਿੱਚ ਉਹਨਾਂ ਦੇ ਦੁਆਰਾ 17 ਅਕਤੂਬਰ ਨੂੰ ਇਰਾਨੀਅਨ ਬੈਕ ਦੇ ਜਿਹੜੇ ਮਲੀਸ਼ੀਆ ਗਰੁੱਪਸ ਆ ਉਹਨਾਂ ਦੁਆਰਾ ਅਮਰੀਕਾ ਦੇ ਜਿਹੜੇ ਆ ਫੌਜੀਆ ਦੇ ਉੱਤੇ ਹਮਲਾ ਕਰਨ ਦੀ ਉੱਥੇ ਦੇ ਜਿਹੜੇ ਥਾਵਾਂ ਦੇ ਉੱਤੇ ਰੁਕੇ ਆ ਉੱਥੇ ਹਮਲਾ ਕਰਨ ਦੀ ਕੋਸ਼ਿਸ਼ ਹੋਈ ਸੀਗੀ ਸੋ ਆਸਟਨ ਨਾਰੀ ਕਿਆ ਵੀ ਕੋਈ ਇਸ ਟਾਈਮ ਇਸ ਤੋਂ ਵੱਡੇ ਕਨਫਲਿਕਟ ਉਹਦੇ ਲਈ ਉਹ ਜਿਹੜਾ ਦੇਖ ਨਹੀਂ ਰਿਹਾ ਹੈਗਾ ਪਰ ਜੇ ਕਹਿੰਦੇ ਵੀ ਇਰਾਨੀਅਨ ਪ੍ਰੌਕਸੀ ਗਰੁੱਪਸ ਇਦਾਂ ਹੀ ਕੰਟੀਨਿਊ ਕਰਦੇ ਰਹੇ ਤਾਂ ਜਿਹੜਾ ਯੂਐਸ ਆ ਉਹ ਹੈਜ਼ਿਟੇਟ ਨਹੀਂ ਕਰੂਗਾ ਪਿੱਛੇ ਨਹੀਂ ਹਟੂਗਾ ਇਸ ਤੇ ਉਲਟ ਐਕਸ਼ਨ ਲੈਣ ਦੇ ਲਈ ਪੈਂਟਾਗਨ ਨੇ ਜਿਹੜਾ ਇਹ ਵੀ ਕਿਹਾ ਵੀ ਜਿਹੜੇ ਯੂਐਸ ਪਰਸਨਲ ਉਸ ਅਟੈਕ ਦੇ ਵਿੱਚ ਪਰਸਨਲ ਜਿਹੜੇ ਹਰਟ ਹੋਏ ਨੇ ਉਹਨਾਂ ਨੇ ਮਾਈਨਰ ਇੰਜਰੀਜ਼ ਆਈਆਂ ਸੀਗੀਆਂ ਤੇ ਉਹ ਸਾਰੇ ਐਸਟੇਮ ਡਿਊਟੀ ਦੇ ਉੱਤੇ ਮੁੜ ਵਾਪਸ ਆ ਚੁੱਕੇ ਆ ਇਸ ਦੇ ਨਾਲ-ਨਾਲ ਇੱਕ ਕੰਟਰੈਕਟਰ ਜੋ ਉੱਥੇ ਸੀ ਉਸ ਨੂੰ ਕਾਰਡੀਕ ਅਰੇਸਟ ਹੋਇਆ ਸੀ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਉੱਥੇ ਨਾਲ ਮੌਤ ਹੋ ਗਈ ਸੀ ਅਗਲੀ ਖਬਰ ਵੱਲ ਚਲੀਏ ਕਹਿੰਦੇ ਪਈ ਜਿਹੜੇ ਹਵਾਸ ਤੇ ਲੀਡਰ ਦਾ ਕੁਝ ਉਹਨਾਂ ਦਾ ਡੈਲੀਗੇਟ ਉਹ ਮਾਸਕੋ ਦੇ ਵਿੱਚ ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰੀ ਆ ਉਹਨੂੰ ਮਿਲਿਆ ਹੈਗਾ ਪਹਿਲਾਂ ਜੋ ਰਸ਼ੀਆ ਵਾਲੇ ਆ ਹਮੇਸ਼ਾ ਹੀ ਇਨਡਨਾਈ ਕਰਦੇ ਰਹੇ ਪਰ ਸਾਡਾ ਉਹਨਾਂ ਦੇ ਨਾਲ ਕੋਈ ਡਾਇਰੈਕਟ ਲਿੰਕ ਨਹੀਂ ਹੈਗਾ ਪਰ ਹੁਣ ਮਰੀਆ ਜ਼ਖਰੋਵਾ ਜੋ ਮਾਸਕੋ ਰਸ਼ੀਆ ਦੀ ਫੋਰਨ ਮਿਨਿਸਟਰੀ ਦੀ ਸਪੋਕਸਵਮਨ ਹਨ ਉਹਨਾਂ ਨੇ ਇਹ ਕਿਹਾ ਵੀ ਮੈਂ ਕਨਫਰਮ ਕਰਦੀ ਹਾਂ ਕਿ ਹਮਾਸ ਪਾਲਸਟੀਨੀਅਨ ਮੂਵਮੈਂਟ ਜੋ ਮਾਸਕੋ ਦੇ ਵਿੱਚ ਵਿਜ਼ਿਟ ਕੀਤੀ ਹੈਗੀ ਉਹਨਾਂ ਨੇ ਤੇ ਇਹਦੇ ਸਬੰਧ ਦੇ ਵਿੱਚ ਹੁਣ ਦੇਖੋ ਕਿ ਕਿੰਨਾ ਜਿਹੜਾ ਰਸ਼ੀਆ ਹੈ ਹਮਾਸ ਦੀ ਜਿਹੜੀ ਗਰੁੱਪ ਹਮਾਸ ਗਰੁੱਪ ਦੀ ਹੈਲਪ ਕਰਦਾ ਹੈਗਾ 200 ਤੋਂ ਵੱਧ ਲੋਕ ਹੁਣ ਤੱਕ ਹਜੇ ਵੀ ਕੈਪਟਿਵ ਹੈਗੇ ਆ ਹਮਾਸ ਦੇ ਵਿੱਚ ਹਮਾਸ ਦੇ ਕੋਲ ਪਾਲਸਤੀਨ ਦੇ ਵਿੱਚ ਤੇ ਜੋ ਇਜ਼ਰਾਈਲ ਵਾਲੇ ਆ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਛੁੜਾਣ ਦੀ ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਕੱਲ ਰਾਤ ਇੱਕ ਹੋਰ ਇਫੀਅਰ ਇਜ਼ਰਾਈਲ ਵਾਲਿਆਂ ਨੇ ਜੋ ਸਟ੍ਰਾਈਕ ਕੀਤੀ ਆ ਪਾਲਸਤੀਨ ਦੇ ਵਿੱਚ ਜਿਹਦੇ ਨਾਲ 40 ਲੋਕਾਂ ਦੇ ਮਾਰੇ ਜਾਣ ਦੀ ਖਬਰ ਆਈ ਹੈਗੀ ਆ ਇਜ਼ਰਾਈਲ ਵਾਲੇ ਪੂਰੇ ਕੋਸ਼ਿਸ਼ ਕਰ ਰਹੇ ਆ ਗਰਾਊਂਡ ਦੇ ਵਿੱਚ ਐਂਟਰ ਹੋਣ ਦੀ ਯੂਐਸ ਵਾਲੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਕਿਹਾ ਸੀ ਵੀ ਥੋੜਾ ਰੁੱਕ ਕੇ ਚੱਲੋ ਕਿਉਂਕਿ ਜੇ ਜੋੜੇ ਫੜੇ ਹੋਏ ਹੈਗੇ ਹੋਸਟੇਜ ਲੋਕ ਆ ਉਹਨਾਂ ਨੂੰ ਜੇ ਛਡਾਇਆ ਜਾ ਸਕਦਾ ਹੋਵੇ ਯੂਐਸ ਮਿਲਟਰੀ ਨੇ ਆਲਰੇਡੀ ਦੋ ਫੈਸਿਲਟੀਜ਼ ਜੋ ਸੀਰੀਆ ਦੇ ਵਿੱਚ ਆ ਜੋ ਈਰਾਨ ਨੂੰ ਲਿੰਕਡ ਹੈਗੀਆਂ ਉਹਨਾਂ ਦੇ ਉੱਤੇ ਅਟੈਕ ਕੀਤਾ ਹੈਗਾ ਡਿਫੈਂਸ ਸੈਕਟਰੀ ਲਾਇਡ ਆਸਟਨ ਹੋਣਾ ਨੇ ਇਹ ਕਿਹਾ ਵੀ ਅਸੀਂ ਜਿਹੜਾ ਅਟੈਕ ਕੀਤਾ ਸੈਲਫ ਡਿਫੈਂਸ ਦੇ ਲਈ ਆ ਤਾਂ ਕਿ ਜਿਹੜੇ ਸਾਡੇ ਪਰਸਨਲ ਹੈਗੇ ਯੂਐਸ ਦੇ 4G ਇਰਾਕ ਤੇ ਸੀਰੀਆ ਦੇ ਵਿੱਚ ਹੈਗੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਡੈਮੇਜ ਜਾਂ ਨੁਕਸਾਨ ਨਾ ਹੋਵੇ ਤੇ ਆਇਲ ਪ੍ਰਾਈਸਸ ਆਲਰੇਡੀ 1 ਡਾਲਰ ਪਰ ਗੈਲਨ ਦੇ ਹਿਸਾਬ ਨਾਲ ਚੜ ਗਈਆਂ ਹਨ ਉੱਪਰ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਨੇ ਵਾਰਨਿੰਗ ਦਿੱਤੀ ਹੈ ਕਿ ਜੇ ਇਦਾਂ ਹੀ ਇਹ ਚੱਲਦਾ ਰਿਹਾ ਤਾਂ ਪ੍ਰਾਈਸਸ ਹੋਰ ਵੀ ਉੱਪਰ ਜਾਣਗੀਆਂ ਜੀ ਹੁਣ ਤੱਕ 7000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ ਪਾਲਿਸ ਪਾਲਸਟਿਨੀਆਂ ਹੈਲਥ ਮਿਨਿਸਟਰੀ ਨੇ 212 ਪੇਜ ਦੀ ਇੱਕ ਲਿਸਟ ਜਾਰੀ ਕੀਤੀ ਆ ਜਿਹਦੇ ਵਿੱਚ ਜਿੰਨੇ ਵੀ ਲੋਕ ਮਾਰੇ ਗਏ ਆ ਉਹਨਾਂ ਦੀ ਪੂਰੀ ਲਿਸਟ ਉਹਦੇ ਵਿੱਚ ਸ਼ੋਅ ਕੀਤੀ ਗਈ ਹੈ ਜੀ ਬਿਲਕੁਲ ਉਦਾਂ ਕੱਲ ਪਰਸੋਂ ਪ੍ਰੈਜ਼ੀਡੈਂਟ ਬਾਈਡਨ ਕਹਿ ਰਹੇ ਸੀ ਕਿ ਕਹਿੰਦੇ ਵੀ ਇਹ ਜੋ ਉਹ ਦੱਸ ਰਹੇ ਆ ਗਾਜ਼ਾ 'ਚ ਕਹਿ ਰਹੇ ਆ ਲੋਕ ਉਹਨਾਂ ਦੀ ਗੱਲ ਤੇ ਅਸੀਂ ਪੂਰਾ ਯਕੀਨ ਜਿਹੜਾ ਹੁਣ ਨਹੀਂ ਕਰਦੇ ਅਰੇ ਤਾਂ ਹੁਣ ਸਾਹਮਣੇ ਆ ਇਜ਼ਰਾਈਲੀ ਵੀ ਇਹੀ ਬਾਰ ਬਾਰ ਕਹੀ ਜਾ ਰਹੇ ਆ ਵੀ ਇਹ ਜਿਹੜੀਆਂ ਤਸਵੀਰਾਂ ਆ ਰਹੀਆਂ ਸਾਰੇ ਐਕਟਰ ਆ ਆ ਅੱਜ ਕੱਲ ਇੱਕ ਬ੍ਰਿਟੇਨ ਦੀ ਜਿਹੜੀ ਪੱਤਰਕਾਰ ਆ ਉਹਨੇ ਇਜ਼ਰਾਈਲੀ ਇੱਕ ਉਸ ਨੂੰ ਕਹਿ ਰਹੇ ਸੀ ਕਿ ਵੀ ਕੀ ਤੁਸੀਂ ਸੱਚੀ ਕਹਿ ਰਹੇ ਆ ਵੀ ਜਿੰਨੇ ਵੀ ਮਰ ਰਹੇ ਆ ਮਲਬੇ ਵਿੱਚ ਜੋ ਵੀ ਆ ਇਹ ਸਭ ਤੁਹਾਨੂੰ ਐਕਟਰ ਹੀ ਜਿਹੜੇ ਉਹ ਨਜ਼ਰ ਆ ਰਹੇ ਆ ਆ ਉਹ ਉਹਨਾਂ ਨੇ ਉਸ ਚੀਜ਼ ਤੋਂ ਜਿਹੜੇ ਸਿਵਿਲਿਅਨ ਕਾਸਟ ਆ ਉਸ ਦੇ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਇੱਕ ਸਾਹਬ ਦੇ ਨਾਲ ਨਾ ਕਰ ਦਿੱਤਾ ਜਾਂ ਟਾਲਾ ਵੱਟ ਲਿਆ ਆ ਉਹ ਉਹ ਬੇਸਿਕਲੀ ਲਾਗੇ ਹੀ ਰਾਇਆ ਵੀ ਜਿਹੜੇ ਗਾਜ਼ਾ ਦੇ ਵਿੱਚ ਜਿਨ੍ਹਾਂ ਦਾ ਕੋਈ ਇਸ ਦੇ ਨਾਲ ਲੈਣਾ ਦੇਣਾ ਨਹੀਂ ਆ ਜਿਹੜੇ ਆਲਰੇਡੀ ਉੱਥੇ ਫਸੇ ਹੋਏ ਨੇ ਲੋਕ ਮਾਫੀ ਚਾਹੁੰਦਾ ਜਿਹੜੇ ਆਲਰੇਡੀ ਉੱਥੇ ਲੋਕ ਫਸੇ ਨੇ ਕਹਿ ਲਓ ਵੀ ਉਹ ਥੋੜੇ ਏਰੀਏ ਦੇ ਵਿੱਚ ਰਹਿ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਉਹ ਵੀ ਇਸ ਦੇ ਵਿੱਚ ਸ਼ਿਕਾਰ ਜਿਹੜੇ ਉਹ ਲਗਾਤਾਰ ਹੁੰਦੇ ਜਾ ਰਹੇ ਨੇ ਸੋ ਹਾਲਾਤ ਮੜੇ ਆ ਯੂਨ ਕਹਿ ਰਹੀ ਆ ਵੀ ਜਿਹੜਾ ਗਾਜ਼ਾ ਆ ਉਹ ਇਸ ਟਾਈਮ ਸਟਰੰਗਲਡ ਕੀਤਾ ਜਾ ਰਿਹਾ ਹੈ ਜਾਨੀ ਕਿ ਉਸ ਨੂੰ ਘੁੱਟਿਆ ਜਿਹੜਾ ਉਹ ਜਾ ਰਿਹਾ ਆ ਉਹਨਾਂ ਥਾਵਾਂ ਦੇ ਉੱਤੇ ਵੀ ਹਮਲੇ ਹੋ ਰਹੇ ਆ ਜਿੱਥੇ ਕਹਦੇ ਸੀਗੇ ਵੀ ਛੱਡ ਕੇ ਤੁਸੀਂ ਉਸ ਥਾਂ ਦੇ ਉੱਤੇ ਚਲੇ ਜਾਓ ਉਧਰ ਵੀ ਹੋਏ ਆ ਜਿਹੜਾ ਅਲਜੀਦਾ ਦਾ ਇੱਕ ਮੇਨ ਪੱਤਰਕਾਰ ਸੀਗਾ ਉਸ ਦੇ ਪਰਿਵਾਰ ਨੂੰ ਵੀ ਕਹਿੰਦੇ ਨਿਸ਼ਾਨਾ ਬਣਾਇਆ ਗਿਆ ਇੱਕ ਥਾਂ ਦੇ ਉੱਤੇ ਜਾ ਕੇ ਇਹ ਬੋਲ ਰਹੇ ਸੀ ਕਹਿ ਰਹੇ ਸੀ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਇਜ਼ਰਾਈਲ ਦੇ ਦੁਆਰਾ ਇਹ ਜੋ ਲਗਾਤਾਰ ਹੋਣੇ ਕਨਫਲਿਕਟ ਅੱਗੇ ਵਧਿਆ ਹੈਗਾ ਆ ਜੋ 에어 ਸਟ੍ਰਾਈਕਸ ਹੋ ਰਹੀਆਂ ਆ ਉਸ ਦੇ ਉੱਤੇ ਉਹਨਾਂ ਦੀ ਨਖੇਦੀ ਜਿਹੜੀ ਉਹ ਜ਼ਰੂਰ ਹੋ ਰਹੀ ਆ ਇਜ਼ਰਾਈਲੀ ਮਿਲਟਰੀ ਕਹਿੰਦੀ ਆ ਵੀ 에어 ਸਟ੍ਰਾਈਕ ਦੇ ਨਾਲ ਤਿੰਨ ਹਮਾਸ ਦੇ ਆਪਰੇਟਿਵ ਮਾਰੇ ਗਏ ਆ ਪਰ ਜਿੱਦਾਂ ਤੁਸੀਂ ਹੁਣੇ ਦੱਸ ਕੇ ਟੇ ਵੀ ਕੱਲ ਦੇ ਹਮਲਿਆਂ ਦੇ ਵਿੱਚ 40 ਜਾਣੇ ਕੁੱਲ ਜਿਹੜੀਆਂ ਉਹਨਾਂ ਦੀਆਂ ਮੌਤਾਂ ਹੋਈਆਂ ਆ ਅ ਜਿਹੜੇ ਇਜ਼ਰਾਈਲੀ ਲੋਕ ਕੈਸਟੇਮ ਗਾਜ਼ਾ ਦੇ ਵਿੱਚ ਬੰਦਕ ਬਣਾਏ ਹੋਏ ਆ ਉਹਨਾਂ ਨੂੰ ਗਵਾਹ ਕਰਕੇ ਰੱਖਿਆ ਹੋਇਆ ਹਮਾਸ ਦੇ ਦੁਆਰਾ ਉਹ ਉਹਨਾਂ ਦੇ ਪਰਿਵਾਰ ਵਾਲੇ ਕਹਿ ਰਹੇ ਆ ਬੰਦਕਾਂ ਦੇ ਪਰਿਵਾਰ ਵਾਲੇ ਕਹਿ ਰਹੇ ਹਮਾਸ ਨੂੰ ਤੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਭਾਈ ਰੈੱਡ ਕਰਾਸ ਨੂੰ ਉੱਥੇ ਜਿਹੜਾ ਉਹ ਜਾ ਲੈਣ ਦੋ ਉਹਨਾਂ ਰਿਲੇਟਿਵਸ ਤੱਕ ਜਿਹੜਾ ਹੋ ਪਹੁੰਚ ਲੈਣ ਦੋ ਸਥਿਤੀ ਜਿਹੜੀ ਆ ਹਾਲ ਦੀ ਘੜੀ ਬਹੁਤੀ ਜਿਹੜੀ ਉਹ ਚੰਗੀ ਨਹੀਂ ਹੈਗੀ ਵੈਸਟ ਬੈਂਕ ਦੇ ਵਿੱਚ ਵੀ ਹਾਲਾਤ ਚੰਗੇ ਨਹੀਂ ਆ ਉਥੇ ਵੀ ਐਸਕੇਲੇਸ਼ਨਸ ਜਿਹੜੀਆਂ ਉਹ ਹੋ ਰਹੀਆਂ ਆ ਆ ਕਹਿੰਦੇ ਵੀ ਮਰਨ ਵਾਲਿਆਂ ਦੀ ਪੈਲਸਟੀਨੀਆ ਤੇ ਮਰਨ ਵਾਲਿਆਂ ਦੀ ਸੰਖਿਆ ਵੈਸਟ ਬੈਂਕ ਦੇ ਵਿੱਚ 7 ਅਕਤੂਬਰ ਤੋਂ ਬਾਅਦ ਦੇ ਵਿੱਚ 110 ਹੋ ਚੁੱਕੀ ਹੈ ਜਿੱਥੇ 1900 ਤੋਂ ਵੱਧ ਜਿਹੜੇ ਆ ਹੋਰ ਜ਼ਖਮੀ ਹੋਏ ਨੇ ਆ ਇਜ਼ਰਾਈਲੀ ਜਿਹੜੇ ਸੈਟਲਰਸ ਜਿਨ੍ਹਾਂ ਨੂੰ ਵੈਸਟ ਬੈਂਕ ਦੇ ਵਿੱਚ ਘੱਲਿਆ ਗਿਆ ਹੈਗਾ ਆ ਉਸ ਦੇ ਵਿੱਚ ਹਰਜੋਤ ਸਿੰਘ ਜੀ ਕਿਹਾ ਜਾ ਰਿਹਾ ਵੀ ਉਹਨਾਂ ਨੂੰ ਮਸ਼ੀਨ ਗਨਾਂ ਫੜਾ ਕੇ ਜਿਹੜੇ ਪੈਲਸਟੀਨੀ ਰਹਿ ਰਹੇ ਆ ਉਹਨਾਂ ਨੂੰ ਵੀ ਉੱਥੇ ਉਸਦੇ ਜ਼ਰੀਏ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ ਆ ਸੋ ਸਥਿਤੀ ਜਿਹੜੀ ਉਹ ਕਾਫੀ ਮਾੜੀ ਹੈਗੀ ਆ ਅਲ ਜਜ਼ੀਰਾ ਕਹਿ ਰਿਹਾ ਹੈ ਵੀ ਕਤਰ ਦੇ ਦੁਆਰਾ ਮੀਡੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੀਜ਼ਫਾਇਰ ਨੂੰ ਲੈ ਕੇ ਤੇ ਪ੍ਰਿਜ਼ਨਰ ਐਕਸਚੇਂਜ ਡੀਲ ਜਿਹੜੀ ਇਜ਼ਰਾਈਲ ਤੇ ਹਮਾਸ ਦੇ ਦਰਮਿਆਨ ਹੋ ਸਕਦੀ ਆ ਕਿੰਨੇ ਵੀ ਐਡਵਾਂਸਡ ਸਟੇਜ ਦੇ ਉੱਤੇ ਇਹ ਪ੍ਰੋਗਰੈਸ ਕਰਕੇ ਪਹੁੰਚੀ ਆ ਹਾਜੇ ਵੀ ਗਾਜ਼ਾ ਦੇ ਵਿੱਚ ਬਹੁਤ ਘੱਟ ਰਾਹਤ ਸਮਗਰੀ ਜਾਂ ਰਾਹਤ ਕਨਵਾਈਸ ਏਡ ਕਨਵਾਈਸ ਜਿਹੜੇ ਆ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਆ ਜਿੱਥੇ ਲਗਾਤਾਰ ਬੰਬਾਰਡਮੈਂਟ ਦਾ ਸਾਹਮਣਾ ਆ ਉਥੇ ਕਰਨਾ ਪੈ ਰਿਹਾ ਹੈ ਖਵਾਸਦਾ ਡੈਲੀਗੇਸ਼ਨ ਅਕਤੂਬਰ 7 ਤੋਂ ਬਾਅਦ ਪਹਿਲੀ ਵਾਰੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਰਸ਼ੀਆ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਦੇ ਨਾਲ ਮਿਲਿਆ ਹੈਗਾ ਦੁਨੀਆ ਦੇ ਲੀਡਰ ਯੂਨਾਈਟਿਡ ਨੇਸ਼ਨ ਦੇ ਵਿੱਚ ਜਨਰਲ ਅਸੈਂਬਲੀ ਦੇ ਲਈ ਇਕੱਠੇ ਹੋਏ ਕੱਲ ਤੇ ਅੱਜ ਇੱਕ ਐਮਰਜੈਂਸੀ ਸੈਸ਼ਨ ਸੱਦਿਆ ਗਿਆ ਹੈ ਇਜ਼ਰਾਈਲ ਤੇ ਗਾਜ਼ਾ ਦੀ ਸਵੰਧ ਦੇ ਵਿੱਚ ਤੇ ਜਾਰਡੀਨियन ਬੈਕ ਡਰਾਫਟ ਰੈਜ਼ੋਲੂਸ਼ਨ ਦੇ ਉੱਤੇ ਕਹਿੰਦੇ ਪਈ ਇਸ ਡਿਸਕਸ਼ਨ ਹੋਊਗਾ ਨੌ ਆਰਬ ਨੇਸ਼ਨਸ ਨੇ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਹੈ ਜੇ ਦੇ ਵਿੱਚ ਉਹਨਾਂ ਨੇ ਕੰਡਮ ਕੀਤਾ ਆ ਪਈ ਸਿਵਿਲਿਅਨ ਦੇ ਉੱਤੇ ਜਿਹੜਾ ਅਟੈਕ ਹੋ ਰਿਹਾ ਇਹ ਇੰਟਰਨੈਸ਼ਨਲ ਲਾ ਦੀ ਵਾਇਲੇਸ਼ਨ ਹੈਗੀ ਆ ਪਾਲਿਸਟਿਨੀਆਂ ਫੋਰਮ ਮਿਨਿਸਟਰ ਰਿਆਦ ਅਲ ਮਲੀਕੀ ਹੌਗ ਦੇ ਵਿੱਚ ਗਏ ਹੈਗੇ ਆ ਤੇ ਉਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਪ੍ਰੋਸੀਕਿਊਟਰ ਕਰੀਮ ਖਾਨ ਨੂੰ ਮਿਲੇ ਹੈਗੇ ਆ ਉਹਨਾਂ ਨੇ ਇਹ ਕਿਹਾ ਕਿ ਅਸੀਂ ਪੂਰੀ ਜਿਹੜੀ ਆ ਇੰਟਰਨੈਸ਼ਨਲ ਸਪੋਰਟ ਕਰਨ ਦੇ ਲਈ ਜਿਹੜੀ ਇਕੱਠੀ ਕਰਨ ਦੇ ਲਈ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ICC ਇਨਵੈਸਟੀਗੇਟ ਕਰੇ ਕਿ ਇਸ ਤਰ੍ਹਾਂ ਜਿਹੜੇ ਆ ਪਾਲਸਤੀਨ ਦੇ ਵਿੱਚ ਲੋਕਾਂ ਨੂੰ ਬਿਨਾਂ ਕਿਸੇ ਕਾਰਨ ਦੇ ਬੰਬਾਰਡਮੈਂਟ ਦੇ ਨਾਲ ਮਾਰਿਆ ਜਾ ਰਿਹਾ ਹੈਗਾ ਆ ਡੈਥ ਟੋਲ ਜਿਹੜੇ ਪਾਲਸਟੀਨੀਅਨ ਵੈਸਟ ਬੈਂਕ ਦੇ ਵਿੱਚ ਮਾਰੇ ਗਏ ਆ ਅਕਤੂਬਰ 7 ਤੋਂ ਲੈ ਕੇ ਇਹ ਬਹੁਤ ਵੱਡੀ ਗਿਣਤੀ ਆ 7000 ਆਫੀਸ਼ੀਅਲ ਫਿਗਰ ਆ ਕਹਿੰਦੇ ਉਸ ਤੋਂ ਵੀ ਜ਼ਿਆਦਾ ਹੋ ਸਕਦੇ ਆ 15000 ਤੋਂ ਵੱਧ ਜਿਹੜੇ ਲੋਕ ਆ ਉਹ ਫੱਟੜ ਹੋਏ ਹੈਗੇ ਆ ਤੇ ਹਰ ਰੋਜ਼ ਜਿਹੜੀ ਆ ਇਜ਼ਰਾਈਲ ਦੀਆਂ ਫੋਰਸੇਜ਼ ਉੱਥੇ ਅਟੈਕ ਕਰ ਰਹੀਆਂ ਨੇ ਜੀ ਉਦੋਂ ਸਾਊਦੀ ਅਰੇਬੀਆ ਨੇ ਯੂਐਸ ਨੂੰ ਚੇਤਾਵਨੀ ਦਿੱਤੀ ਕਿ ਕਿੰਨੇ ਵੀ ਜਿਹੜੇ ਇਜ਼ਰਾਈਲੀਨ ਮਿਜੇਨ ਆ ਗਾਜ਼ਾ ਦੀ ਉਹ ਕੈਟਾਸਟ੍ਰੋਫਿਕ ਹੋਊਗੀ ਆਪਣੇ ਅਮਰੀਕਨ ਕਾਊਂਟਰਪਾਰਟਸ ਨਾਲ ਗੱਲ ਕਰਦੇ ਹੋਏ ਸਾਊਦੀ ਅਧਿਕਾਰੀਆਂ ਨੇ ਕਿਹਾ ਹੈ ਵੀ ਜਿਹੜੀ ਗਰਾਉਂਡ ਵਾਰ ਆ ਉਹ ਮਿਡਲ ਈਸਟ ਦੇ ਵਿੱਚ ਜਿਹੜੀ ਸਟੇਬਿਲਟੀ ਆ ਸਥਿਰਤਾ ਆ ਉਸ ਤੇ ਲਈ ਬਹੁਤ ਨੁਕਸਾਨਦੇ ਸਾਬਤ ਹੋਊਗੀ ਇਟ ਵਿਲ ਬੀ ਅ ਬਿਗ ਬਲੋ ਸਾਊਦੀ ਅਫੀਸ਼ਰ ਨੇ ਕਹਿੰਦੇ ਵੀ ਬਹੁਤ ਫਰਮਲੀ ਵਾਰਨ ਕੀਤਾ ਹੈ ਯੂ ਐਸ ਨੂੰ ਪਿਛਲੇ ਦਿਨਾਂ ਦੇ ਵਿੱਚ ਇਜ਼ਰਾਈਲੀ ਗਰਾਉਂਡ ਇਨਕਰਜਨ ਨੂੰ ਲੈ ਕੇ ਪਿਛਲੇ ਕਈ ਹਫ਼ਤਿਆਂ ਤੋਂ ਕਈ ਦਿਨਾਂ ਤੋਂ ਇਜ਼ਰਾਈਲੀ ਫੌਜਾਂ ਜਿਹੜੀਆਂ ਗਾਜ਼ਾ ਪੱਟੀ ਤੇ ਇਜ਼ਰਾਈਲ ਦੇ ਦਰਮਿਆਨ ਜਿਹੜੀ ਫੈਂਸ ਆ ਉਸ ਦੇ ਉੱਤੇ ਤਣਾਅਤ ਨੇ ਤੇ ਉਹ ਇੰਤਜ਼ਾਰ ਕਰ ਰਹੀ ਹੈ ਆਰਡਰ ਦੀਆਂ ਵੀ ਕਦੋਂ ਗਰਾਉਂਡ ਇਨਵੇਜਨ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇ ਜਾਂ ਇਹ ਵੀ ਹੋ ਸਕਦਾ ਵੀ ਇਹ ਇੱਕ ਐਪਲੋਏ ਹੋਵੇ ਹਮਾਸ ਨੂੰ ਉੱਥੋਂ ਜਿਹੜਾ ਉਹ ਖਦੇੜਨ ਦੇ ਵਿੱਚ ਵੀ ਟੈਂਸ਼ਨਸ ਕਹਿੰਦੇ ਆ ਵੀ ਇਸ ਦੇ ਰਿਪਲ ਇਫੈਕਟ ਕਈ ਥਾਵਾਂ ਦੇ ਉੱਤੇ ਗਾਜ਼ਾ ਤੋਂ ਬਾਹਰ ਜਿਹੜੇ ਆ ਉਹ जान ਕੇ ਇਹ ਇਸ ਵਾਰੀ ਜਿਹੜਾ ਹਰਜੋਤ ਸਿੰਘ ਜੀ ਚਾਹੀ ਇਜ਼ਰਾਈਲ ਦੇ ਨਾਲ ਪੂਰਾ ਵੈਸਟੀ ਖੜਾ ਆ ਉਹ ਕਹਿੰਦਾ ਆ ਵੀ ਇਹਨਾਂ ਦਾ ਰਾਈਟ ਟੂ ਸੈਲਫ ਡਿਫੈਂਸ ਹੈਗਾ ਆ ਪਰ ਉਸ ਦੇ ਜਿਹੜੇ ਰਿਪਲਸ ਆ ਅਰਬ ਮੁਲਕਾਂ ਦੇ ਵਿੱਚ ਦਿਖ ਰਹੇ ਆ ਬਹੁਤ ਸਾਰੇ ਜਿਹੜੇ ਅਰਬ ਮੁਲਕਾ ਉਹ ਜੋ ਇਸ ਟਾਈਮ ਉਥੇ ਅਤਿਆਚਾਰ ਹੋ ਰਿਹਾ ਹੈ ਜਾਂ ਕਹ ਲਓ ਵੀ ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਜਾ ਰਹੀਆਂ ਆ નિર્ਦੋਸ਼ ਜਾਨਾਂ ਜਾ ਰਹੀਆਂ ਆ ਉਹਦੇ ਤੋਂ ਕਾਫੀ ਖਫਾ ਨਜ਼ਰ ਆ ਰਹੇ ਆ ਤੇ بار بار ਇਹ ਜਿਹੜੀ ਗੱਲ ਆ ਉਹ ਕਹੀ ਜਾ ਰਹੀ ਆ ਵੀ ਭਾਈ ਸੀਜ਼ਫਾਇਰ ਹੋਣੀ ਚਾਹੀਦੀ ਆ ਜਾਂ ਇਦਾਂ ਅਨੇਵਾ Air Strikes ਆ ਉਹ ਬੰਦ ਹੋਣੀਆਂ ਚਾਹੀਦੀਆਂ ਆ ਤੇ ਹੁਣ ਸਾਊਦੀ ਅਰੇਬੀਆ ਨੇ ਵੀ ਇੱਕ ਵਾਰੀ US ਨੂੰ ਦੁਬਾਰਾ ਵਾਰਨਿੰਗ ਦਿੰਦੇ ਹੋਏ ਕਿਹਾ ਆ ਵੀ ਜਿਹੜੀ ਗਾਜ਼ਾ ਦੇ ਵਿੱਚ ਇਨਵੇਜਨ ਆ ਉਹ ਬਹੁਤ ਹੀ ਮੰਦਭਾਗੀ ਉਸ ਪੂਰੇ ਇਲਾਕੇ ਦੇ ਲਈ ਹੋਗੇ ਆਪਨ ਸਭ ਨੂੰ ਪਤਾ ਹੈ ਵੀ ਅਮਰੀਕਾ ਨੇ ਸਾਊਦੀ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਯਮਨ ਦੇ ਵਿੱਚ ਇਹਨਾਂ ਨੇ ਵੀ ਇਹੀ ਕੁਛ ਕੀਤਾ ਜੋ ਇਜ਼ਰਾਇਲ ਦੇ ਵਿੱਚ ਇਸ ਟਾਈਮ ਜੋ ਗਾਜ਼ਾ ਦੇ ਵਿੱਚ ਜੋ ਇਜ਼ਰਾਇਲ ਹੁਣ ਇਸ ਟਾਈਮ ਕਰ ਰਿਹਾ ਹੈਗਾ ਪਰ ਇੱਥੇ ਉਹ ਗਾਜ਼ਾ ਦੇ ਨਾਲ ਥੋੜੇ ਥੋੜੇ ਖੜਦੇ ਨਜ਼ਰ ਆ ਰਹੇ ਆ ਚਾਹੇ ਇਜੀਪਟ ਦੀ ਗੱਲ ਕਰ ਲਓ ਈਰਾਨ ਵਾਲੇ ਜਿਹੜੇ ਇਹ ਦੇਖ ਲਓ ਲੈਬਨਾਨ ਆ ਹੋਰ ਜਿਹੜੇ ਕਈ ਮੁਲਕਾਂ ਉਹਨਾਂ ਨੇ ਇਸ ਤਰੀਕੇ ਦੇ ਦੁਆਰਾ ਹਸਪਤਾਲਾਂ ਦੇ ਤੇ ਸਟ੍ਰਾਈਕ ਕਰਨੀਆਂ ਜਾਂ ਆਮ ਲੋਕਾਂ ਦੇ ਨਾਲ ਸਟ੍ਰਾਈਕਸ ਦੇ ਵਿੱਚ ਮਰਨ ਨੂੰ ਲੈ ਕੇ ਚਿੰਤਾ ਤੇ ਨਿਰਾਸ਼ਾ ਵੀ ਜਿਹੜੀ ਉਹ ਜਤਾਈ ਆ ਜੀ ਅਗਲੀ ਖਬਰ ਵੱਧ ਆਈ ਆਏ ਤੇ ਮੇਨ ਦੇ ਵਿੱਚ ਜਿਸ ਤਰ੍ਹਾਂ ਕੱਲ ਆਪਾਂ ਦੱਸਿਆ ਸੀ ਇੱਕ ਮਾਸ ਸ਼ੂਟਿੰਗ ਹੋਈ ਸੀ ਜਿਹਦੇ ਨਾਲ 18 ਲੋਕਾਂ ਦੀ ਮੌਤ ਹੋ ਗਈ ਤੇ ਕਈ ਜਣੇ ਜਿਹੜੇ ਫੱਟੜ ਹੋਏ ਆ ਸ਼ੂਟਰ ਜੋ ਸੀ ਉਹ ਸਾਬਕਾ ਫੌਜੀ ਸੀ ਹਜੇ ਵੀ ਉਹਦੀ ਜਿਹੜੀ ਮੈਨ ਹੰਟ ਆ ਯਾਰੀ ਹੈਗੀ ਆ ਹਜੇ ਤੱਕ ਵੀ ਉਹ ਫੜਿਆ ਨਹੀਂ ਗਿਆ ਹੈਗਾ 13 ਦੇ ਕਰੀਬ ਲੋਕ ਫਟੜ ਹੋਏ ਸੀ ਲਿਊਸਟਨ ਜੋ ਸ਼ਹਿਰ ਹੈ ਮੇਨ ਦਾ ਉੱਥੇ ਵਾਪਰਿਆ ਜਿੱਥੇ 40 ਸਾਲਾਂ ਦਾ ਰੌਬਰਟ ਕਾਰਡ ਜੋ ਆ ਉਸਨੇ ਅੰਨੇ ਵਾ ਕਈ ਜਗ੍ਹਾ ਦੇ ਉੱਤੇ ਗੋਲੀਆਂ ਚਲਾਈਆਂ ਜਿਹਦੇ ਨਾਲ 18 ਲੋਕਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ ਰੌਬਰਟ ਕਾਰਡ ਦੀ ਜੋ ਕਾਰ ਉਹ ਲਿਜ਼ਵਨ ਜੋ ਜੋ ਸ਼ਹਿਰ ਹੈ ਮੇਨ ਦਾ 7 ਮੀਲ ਸਾਊਥ-ਈਸਟ ਆਫ ਲਿਊਸਟਨ ਉੱਥੇ ਲੱਭੀ ਹੈਗੀ ਆ ਸੋ ਉਹ ਲਬਰੇ ਆਪੇ ਕਿਸੇ ਦੇ ਹੋ ਸਕਦਾ ਘਰ ਦੇ ਵਿੱਚ ਵੀ ਜਿਹੜਾ ਆ ਬੜ ਗਿਆ ਹੋਵੇ ਸੋ ਲੋਕਾਂ ਤੋਂ ਵੀ ਜਿਹੜੀ ਆ ਹੈਲਪ ਮੰਗ ਰਹੀ ਆ ਪੁਲਿਸ ਵੀ ਉਸ ਜਿਹੜਾ ਇਹ ਸ਼ੂਟਰ ਸੀ ਜਿਸ ਨੇ ਇਹਨਾਂ ਲੋਕਾਂ ਨੂੰ ਗੋਲੀਆਂ ਨਾਲ ਮਾਰਿਆ ਉਹਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ ਹੰਡਰਡਸ ਆਫ ਪੁਲਿਸ ਆਫੀਸਰ ਤੇ 80 ਦੇ ਕਰੀਬ ਐਫ ਆਈ ਆਈ ਦੇ ਏਜੰਟਸ ਤੇ ਫੈਡਰਲ ਮਾਰਸ਼ਲਸ ਤੇ ਹੋਰ ਬਹੁਤ ਸਾਰੀਆਂ ਏਜੰਸੀਆਂ ਦੇ ਪਰਸਨਲ ਇਸ ਸਰਚ ਦੇ ਵਿੱਚ ਲੱਗੇ ਹੋਏ ਹੈਗੇ ਆ ਜੋ ਰੈਜ਼ੀਡੈਂਟਸ ਆ ਤੇ ਲੋਕਲ ਕਮਿਊਨਿਟੀ ਦੇ ਉਹਨਾਂ ਨੂੰ ਸ਼ੈਲਟਰਡ ਇਨ ਪਲੇਸ ਦੇ ਵਿੱਚ ਰੱਖਿਆ ਗਿਆ ਆ ਵੀ ਹੋ ਸਕਦਾ ਦੁਬਾਰਾ ਕੀ ਹੋਰ ਕਿਸੇ ਦੇ ਉੱਤੇ ਉਹ ਅਟੈਕ ਨਾ ਕਰ ਦੇਵੇ ਜੀ ਜਿੱਥੇ ਬੋਟ ਲਾਂਚ ਹੁੰਦੀ ਆ ਉਹਦੇ ਲਾਗੇ ਇਸ ਦੀ ਜਿਹੜੀ ਗੱਡੀਆਂ ਮਿਲੀ ਆ ਇਸੇ ਦੇ ਚਲਦੇ ਇੱਕ ਟਿਪ ਮਿਲੀ ਸੀ ਉੱਥੇ ਦੀ ਮੇਨ ਦੀ ਪੁਲਿਸ ਡਿਪਾਰਟਮੈਂਟ ਨੂੰ ਉਹਨਾਂ ਨੇ ਉੱਥੇ ਇੱਕ ਲੈਟਸ ਫਾਰਮ ਆ ਉਸ ਨੂੰ ਕਲੀਅਰ ਕੀਤਾ ਵੀ ਸ਼ਾਇਦ ਉੱਥੇ ਉਹਨਾਂ ਨੂੰ ਇੱਕ ਗਨ ਸ਼ਾਟ ਸੁਣਿਆ ਆ ਸੋ ਲਿਸਬਨ ਦਾ ਹੀ ਲੱਕਾਇਆ ਉੱਥੇ ਪੁਲਿਸ ਨੇ ਉਹ ਪੂਰੇ ਫਾਰਮ ਨੂੰ ਘੇਰ ਲਿਆ ਸੀਗਾ ਤੇ ਕਨੇ ਵੀ ਉੱਥੇ 20 ਇਸ ਦੀ ਮੈਨ ਹੰਟ ਆ ਚੱਲੀ ਆ ਲਗਾਤਾਰ ਡਿਟੇਲਸ ਕਹਿੰਦੇ ਆ ਵੀ ਉਹ ਸਾਹਮਣੇ ਆ ਰਹੀਆਂ ਜਿਹੜਾ ਸ਼ੂਟਿੰਗ ਰੈਂਪੇਜ ਹੋਇਆ ਹੁਣ ਫੌਜੀ ਆ ਫੌਜੀ ਨੂੰ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕਾਰਵਾਈ ਕਰਨੀ ਆ ਕਿੱਦਾਂ ਫੜਨ ਦੀ ਕੋਸ਼ਿਸ਼ ਕਰਨੀ ਆ ਸੋ ਹਾਲ ਦੀ ਘੜੀ ਇੱਕ ਸਟੈਪ ਅੱਗੇ ਚੱਲ ਰਿਹਾ ਲਾ ਇਨਫੋਰਸਮੈਂਟ ਦੇ ਨਾਲੋਂ 568 ਮਾਸ ਸ਼ੂਟਿੰਗਸ ਕੱਲੇ ਇਸ ਸਾਲ ਦੇ ਵਿੱਚ ਹੁਣ ਤੱਕ ਅਮਰੀਕਾ 'ਚ ਹੋ ਚੁੱਕੀਆਂ ਗਨ ਵਾਇਲੈਂਸ ਆਰਕਾਈਵ ਦੇ ਜਿਹੜਾ ਹੋ ਜਿਹੜੇ ਮੁਤਾਬਕ ਮੇਨ ਦਾ ਇਹ ਜਿਹੜਾ ਰੈਂਪੇਜ ਹੋਇਆ ਆ ਇਹ ਮਾਸ ਸ਼ੂਟਿੰਗ ਅਮਰੀਕਾ ਦੇ ਇਸ ਸਾਲ ਦੇ ਇਤਿਹਾਸ ਦੇ ਵਿੱਚ ਡੈਡਲੀਸਟ ਆ ਇਹ ਵੀ ਨਹੀਂ ਆਪਾਂ ਕਹਿ ਸਕਦੇ ਵੀ ਹੁਣ ਤੱਕ ਦੀ ਆ ਸਿਰਫ ਇਸ ਸਾਲ ਦੀ ਇਹ ਜਿਹੜੀ ਸਭ ਤੋਂ ਭਿਆਨਕ ਮਾਸ ਸ਼ੂਟਿੰਗ ਜਿਹੜੀ ਹੈ ਵਾਪਰੀ ਆ 18 ਜਿਹੜੇ ਵਿਕਟਮ ਆ ਉਹ ਵੱਖ-ਵੱਖ ਥਾਵਾਂ ਦੇ ਉੱਤੇ ਮਾਰੇ ਗਏ ਆ ਇੱਕ ਬੌਲਿੰਗ ਗੈਲੀ ਦੇ ਵਿੱਚ 7 ਜਣੇ ਮਾਰੇ ਗਏ ਸਿਗੇ ਜਸਟ ਇਨ ਟਾਈਮ ਰੀਕਰੀਏਸ਼ਨ 8 ਜਿਹੜੇ ਜਣੇ ਆ ਇੱਕ 바ਰ ਐਂਡ ਗ੍ਰਿਲ ਦੇ ਵਿੱਚ ਸੀਗੇ 3 ਜਣਿਆਂ ਦੀ ਹਸਪਤਾਲ ਦੇ ਵਿੱਚ ਮੌਤ ਹੋਈ ਹੈ ਮੇਨ ਦੇ ਜਿਹੜੇ ਸਟੇਟ ਪੁਲਿਸ ਕਰਨਲ ਵਿਲੀਅਮ ਰੋਸਾ ਉਹਨਾਂ ਨੇ ਜਾਣਕਾਰੀਆਂ ਇਸ ਦੇ ਵਿੱਚ ਦਿੱਤੀਆਂ ਹੈਗੀਆਂ ਵਿਕਟਮਸ ਦੇ ਨਾਮ ਜਿਹੜੇ ਉਹਨਾਂ ਨੇ ਜ਼ਰੂਰ ਨਸ਼ਰ ਕਰਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ ਮੈਪਸ ਜਿਹੜੇ ਉਹ ਦੱਸ ਰਹੇ ਨੇ ਵੀ ਪੁਲਿਸ ਇਸ ਟਾਈਮ ਕਈ ਥਾਵਾਂ ਦੇ ਉੱਤੇ ਲਬਰੀ ਹੈਗੀ ਆ ਇਸ ਹਥਿਆਰੇ ਨੂੰ ਜਿਸ ਨੇ ਏਕਨੌਣੇ ਕੰਮ ਕੀਤੇ ਹੈਗੇ ਆ ਸੋ ਕਹਿੰਦੇ ਵੀ ਪਹਿਲੀ ਜਿਹੜੀ ਸ਼ੂਟਿੰਗ ਆ ਉਸ ਉਹ ਜਿਹੜੀ ਬਾਰ ਐਂਡ ਗ੍ਰਿਲ ਦੇ ਵਿੱਚ ਕਹਿੰਦੇ ਵੀ ਉਹ ਬੋਲਿੰਗ ਐਲੀ ਚ ਸੌਰੀ ਜਿਹੜੀ ਉਹ ਹੋ ਹੋਈ ਸੀਗੀ ਜਸਟ ਇਨ ਟਾਈਮ ਰੀਕ੍ਰिएशन ਦੇ ਵਿੱਚ ਜਿੱਥੋਂ 911 ਕਾਲਸ ਆਈਆਂ ਸੀਗੀਆਂ ਸ਼ੂਟਰ ਦੇ ਬਾਬਤ ਵੈਡਨਸਡੇ ਸ਼ਾਮ ਦੀ ਜਿਹੜੀ ਉੱਥੇ ਦੀ ਲੋਕਲ ਇਹ ਗੱਲ ਆ ਜਦੋਂ ਤੱਕ ਪੁਲਸੋ ਤੇ ਤੱਕ ਪਹੁੰਚਦੀ ਸਲੋ ਪ੍ਰੋਸੈਸ ਕਿੰਦੇ ਵੀ ਇਹ ਹੋਇਆ ਆ ਉਨੀ ਤੋਂ ਬਾਅਦ ਦੇ ਵਿੱਚ 10 ਮਿੰਟਾਂ ਬਾਅਦ 911 ਕਾਲਸ ਹੋਰ ਆ ਗਈਆਂ ਵੀ ਇੱਕ ਬਾਹਰਨ ਗ੍ਰਿਲ ਦੇ ਵਿੱਚ ਉੱਥੇ ਸ਼ੂਟਿੰਗ ਜਿਹੜੀ ਆ ਉਹ ਚੱਲ ਰਹੀ ਆ ਸੋ ਇਹ ਬਾਅਦ ਦੇ ਵਿੱਚ ਮੰਨਿਆ ਜਾ ਰਿਹਾ ਵੀ ਦੇਖਿਆ ਗਿਆ ਵੀ ਇਹ ਤਾਂ ਸੇਮ ਹੀ ਬੰਦਾ ਸੀ ਜਿਨੇ ਦੋਨਾਂ ਥਾਵਾਂ ਦੇ ਉੱਤੇ ਇਹ ਜਿਹੜੀਆਂ ਸ਼ੂਟਿੰਗਸ ਆ ਗੋਲੀकांड ਨੂੰ ਅੰਜਾਮ ਦਿੱਤਾ ਹੈਗਾ ਸੋ ਉੱਥੇ ਦਾ ਚਪਚਪਾ ਜਿਹੜਾ ਪੁਲਸਾ ਉਹ ਛਾਣ ਰਹੀ ਆ ਹੁਣ ਜਿਹੜਾ ਲਿਸਬਨ ਸ਼ਹਿਰ ਆ ਜਿੱਥੇ ਬੂਟ ਲਾਂਚ ਇਲਾਕਾ ਹੈਗਾ ਆ ਉਥੇ ਹੁਣ ਇੱਕ ਵਾਰੀ ਫੇਰ ਪੁਲਿਸ ਜਿਹੜੀ ਉਹ ਦੇਖ ਰਹੀ ਹੈਗੀ ਅਜੇ ਵੀ ਇਸ ਸ਼ੂਟਿੰਗ ਦੇ ਵਿੱਚ ਸੱਤ ਜਿਹੜੇ ਪੇਸ਼ੈਂਟ ਇੰਜਰਡ ਹੋਏ ਨੇ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਲਾ ਐਨਫੋਰਸਮੈਂਟ ਵਾਰ-ਵਾਰ ਉਥੋਂ ਦੇ ਲੋਕਾਂ ਨੂੰ ਕਹਿ ਰਹੀ ਆ ਵੀ ਭਾਈ ਇਤਿਆਤ ਜਿਹੜਾ ਹੋ ਰੱਖੋ ਹਾਈ ਪ੍ਰੋਫਾਈਲ ਸਰਚਸ ਜਿਹੜੀਆਂ ਆ ਉਸ ਦੇ ਲਈ ਚੱਲ ਰਹੀਆਂ ਆ ਤੇ ਕਮਿਊਨਿਟੀਜ਼ ਪ੍ਰਿਪੇਅਰਡ ਜਿਹੜੀਆਂ ਹੋ ਰਹਿਣ ਤੇ ਲਾ ਇਨਫੋਰਸਮੈਂਟ ਦਾ ਕਹਿੰਦੇ ਵੀ ਉਹ ਸਾਡਾ ਸਾਥ ਜਿਹੜਾ ਹੋ ਦੋ FBI एजेंट्स ਲੋਕਲ ਲਾ ਇਨਫੋਰਸਮੈਂਟ ਸਟੇਟ ਤੋਂ ਲੈ ਕੇ ਫੈਡਰਲ ਸਾਰੇ ਹੀ एजेंट्स ਇਸ ਨੂੰ ਲੱਭਣ ਦੇ ਵਿੱਚ ਜਿਹੜੇ ਉਹ ਲੱਗੇ ਆ ਅਥਾਰਟिटीज ਨੇ ਇਹ ਦੱਸਿਆ ਆ ਵੀ ਇੱਕ ਉਹਨਾਂ ਨੂੰ ਨੋਟ ਜ਼ਰੂਰ ਲੱਭਾਇਆ ਪਰ ਇਹ ਨਹੀਂ ਦੱਸਦੇ ਵੀ ਉਸ ਦੇ ਵਿੱਚ ਹਾਲ ਦੀ ਘੜੀ ਲਿਖਿਆ ਜਿਹੜਾ ਉਹ ਕੀ ਹੈਗਾ ਆ ਕਹਿੰਦੇ ਵੀ ਇੱਕ ਰੈ residencies ਦੇ ਉੱਤੇ ਸਾਨੂੰ ਨੋਟ ਜਿਹੜਾ ਉਹ ਮਿਲਿਆ ਆ ਪਰ ਅਸੀਂ ਹਾਲ ਦੀ ਘੜੀ ਉਸ ਦੇ ਬਾਰੇ ਗੱਲ ਨਹੀਂ ਕਰ ਸਕਦੇ ਹੈਗੇ ਮੇਨ ਦੇ ਪਬਲਿਕ ਸੇਫਟੀ ਕਮਿਸ਼ਨਰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਬਾਰੇ ਗੱਲ ਕੀਤੀ ਆ ਮੇਨ ਦਾ ਇਹ ਜਿਹੜਾ ਸ਼ੂਟਿੰਗ ਸਸਪੈਕਟ ਆ ਉਸ ਦੇ ਸਿਸਟਰ ਆਨ ਲਾਗ ਉਹ ਕਹਿੰਦੀ ਆ ਵੀ ਦਿਲ ਸਾਡਾ ਵੀ ਜਿਹੜਾ ਉਹ ਟੁੱਟਾ ਆ ਤੇ ਅਸੀਂ ਲਾ ਐਨਫੋਰਸਮੈਂਟ ਦੇ ਨਾਲ ਕੰਮ ਕਰ ਰਹੇ ਆ ਰੋਬਰਟ ਕਾਰਡ ਦੀ ਜਿਹੜੀ ਸਿਸਟਰ ਆਨ ਲਾ ਕੇਟੀ ਓਨੀਲ ਉਸ ਨੇ ਇਹ ਜਿਹੜੀ ਉਹ ਗੱਲ ਜਿਹੜੀ ਉਹ ਆਖੀ ਹੈਗੀ ਆ ਸੋ ਬੜੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ ਇੱਕ ਫੌਜੀ ਨੇ ਇਸ ਜਿਹੜੇ ਕਨਾਉਣੇ ਕੰਮ ਨੂੰ ਜਿਹੜਾ ਹੈ ਅੰਜਾਮ ਦੇ ਦਿੱਤਾ ਆ ਓਬਵੀਅਸਲੀ 멘ਟਲ ਹੈਲਥ ਨੂੰ ਲੈ ਕੇ ਚਰਚਾ ਜਿਹੜੀ ਇੱਕ ਵਾਰ ਫੇਰ ਚੱਲੂਗੀ ਅਗਲੀ ਸ਼ੂਟਿੰਗ ਤੱਕ ਫੇਰ ਆਪਾਂ ਇਦਾਂ ਹੀ ਸਾਰਿਆਂ ਨੇ ਅਮਰੀਕਾ ਭਰ ਦੇ ਵਿੱਚ ਇਹੀ ਗੱਲਾਂ ਗੁੱਲਾਂ ਕਰਕੇ ਹਟ ਜਾਣਾ ਹੈ ਜੀ ਜਿਹੜਾ ਆਰਮੀ ਦੇ ਮੁਤਾਬਕ ਇਹ ਜਿਹੜਾ ਸ਼ੂਟਰ ਸੀ ਇਹ ਕਹਿੰਦੇ ਯੂਐਸ ਆਰਮੀ ਰਿਜ਼ਰਵ ਦੇ ਵਿੱਚ ਐਜ਼ ਅ ਸਰਜੈਂਟ ਕੰਮ ਕਰਦਾ ਰਿਹਾ ਆ ਪੈਟਰੋਲੀਅਮ ਸਪਲਾਈ ਸਪੈਸ਼ਲਿਸਟ ਰਿਹਾ ਆ 2002 ਦੇ ਵਿੱਚ ਉਸਨੇ ਆਪਣੇ ਆਪ ਨੂੰ ਇਨਲਿਸਟ ਕੀਤਾ ਸੀ इवन दो ਕੰਬੈਟ ਡਿਪਲॉयਮੈਂਟ ਦੀ ਕੋਈ ਨਹੀਂ ਹੋਈ ਤੇ ਉਸ ਨੂੰ 3rd ਬਟਾਲੀਅਨ 304 ਇਨਫੈਂਟਰੀ ਰਜiment ਜੋ ਸੈਕੋਮੇਨ ਦੇ ਵਿੱਚ ਆ ਉੱਥੇ ਅਸਾਈਨ ਕੀਤਾ ਗਿਆ ਸੀਗਾ ਇਸ ਤੋਂ ਪਹਿਲਾਂ ਉਹ ਉਹਦੇ ਜਿਹੜੇ ਹੈਲਥ ਇਸ਼ੂਜ਼ ਆ ਉਹਨਾਂ ਦੇ ਲਈ ਵੀ ਉਸ ਨੂੰ ਜਿਹੜਾ ਟਰੀਟ ਕੀਤਾ ਗਿਆ ਸੀ ਜੁਲਾਈ ਮਹੀਨੇ ਦੇ ਵਿੱਚ ਯੂਐਸ ਮਿਲਟਰੀ ਅਕੈਡਮੀ ਇਨ ਨਿਊਯਾਰਕ ਉਹਨਾਂ ਨੇ ਇਹ ਕਿਹਾ ਆ ਵੀ ਉਹ ਬਹੁਤ ਬੁਰੀ ਤਰ੍ਹਾਂ ਇਰੈਟਿਕਲੀ ਬਿਹੇਵ ਕਰਦਾ ਸੀ ਉਸ ਟਾਈਮ ਵੀ ਜਿਹੜਾ ਉਸ ਨੂੰ ਟਰੀਟ ਕੀਤਾ ਗਿਆ ਸੀ ਸੋ ਅਲਟੀਮੇਟਲੀ ਕੀ ਹੋਣਾ ਜੇ ਉਹ ਲੱਭ ਵੀ ਲ ਗਿਆ ਤੇ ਉਸ ਨੂੰ ਜਿਹੜਾ ਆ ਮੈਂਟਲੀ ਅਨਸਟੇਬਲ ਕਹਿ ਕੇ ਜਿਹੜਾ ਆ ਉਹ ਛੁੱਟ ਜਾਊਗਾ ਯਾ ਸੁਜ਼ਨ ਕੋਲਨਜ਼ ਜਿਹੜੀ ਯੂਐਸ ਦੀ ਸੈਨੇਟਰ ਆ ਉਹਨਾਂ ਨੇ ਕਾਲ ਆਊਟ ਕੀਤਾ ਆ ਮੈਨ ਦੇ ਅਧਿਕਾਰੀਆਂ ਨੂੰ ਕਹਿੰਦੇ ਵੀ ਜਦੋਂ 2 ਹਫ਼ਤੇ ਪਹਿਲਾਂ ਉਹਨਾਂ ਨੂੰ ਪਤਾ ਸੀਗਾ ਵੀ ਭਾਈ ਇਸ ਦੇ ਹਾਲਾਤ ਮਾੜੇ ਆ ਤੇ ਇਹਨੂੰ ਇਨੀਓ ਵੈਪਨਸ ਤੋਂ ਅਲੱਗ ਕਿਉਂ ਨਹੀਂ ਕੀਤਾ ਗਿਆ ਕਿੰਨੇ ਵੀ yellow flag ਲਾ ਜਿਹੜਾ ਆ ਉਹ ਕੰਮ ਚ ਆਉਣਾ ਚਾਹੀਦਾ ਸੀਗਾ ਬਟ ਇੱਥੇ ਫੇਰ ਇੱਕ ਵਾਰੀ ਪ੍ਰਸ਼ਾਸਨ ਦੀ ਜਿਹੜੀ ਆ ਉਹ ਨਾਕਾਮੀ ਰਹੀ ਹੈਗੀ ਆ ਸੋ ਇਹ ਮੇਨ ਤੋਂ ਯੂਐਸ ਦੇ ਸੈਨੇਟਰ ਆ 1997 ਤੋਂ ਹੈ ਰਿਪਬਲਿਕਨ ਪਾਰਟੀ ਦੇ ਵੱਲੋਂ ਗਨ ਕੰਟਰੋਲ ਦੇ ਉੱਤੇ ਜਿਹੜੇ VOTING ਰੈਕੋਰਡ ਨੂੰ ਲੈ ਕੇ ਆਲਰੇਡੀ ਇਹਨਾਂ ਨੂੰ ਕਈ ਜਿਹੜੇ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਆਖੀਆਂ ਆਈ ਥਿੰਕ ਇਹੋ ਜੇ ਮੌਕੇ ਦੇ ਉੱਤੇ ਸਹੀ ਗੱਲ ਕਰਦਾ ਤੇ ਆਪਣੀ ਚਾਹੇ ਪਾਰਟੀ ਲਾਈਨ ਤੋਂ ਉਲਟ ਹੋ ਕੇ ਵੀ ਗੱਲ ਕਰਨਾ ਬੜਾ ਔਖਾ ਹੁੰਦਾ ਹੈ 26 ਸਾਲ ਦੇ ਉਹਨਾਂ ਦੇ ਕੈਰੀਅਰ ਹੈਗਾ ਸੈਨੇਟਰ ਦਾ ਤੇ ਉਹਨਾਂ ਨੇ ਕਈ ਵਾਰੀ ਸੈਨੇਟ ਦੇ ਵਿੱਚ ਜਿਹੜੇ ਗਨ ਕੰਟਰੋਲ ਦੀ ਅਮੈਂਡਮੈਂਟ ਸੀ ਉਸ ਨੂੰ ਵੋਟ ਡਾਊਨ ਵੀ ਕੀਤਾ ਸੀਗਾ ਕਹਿੰਦੇ ਤਾਂ ਜ਼ਰੂਰ ਰਹਿੰਦੇ ਆ ਵੀ ਸੈਂਸਿਬਲ ਗਨ ਲਾਜ਼ ਦੇ ਲਈ ਵੋਟ ਜਿਹੜੀ ਉਹ ਹੋਣੀ ਚਾਹੀਦੀ ਆ ਪਰ ਹੁਣ ਦੇਖੋ ਕੀ ਹੋਇਆ ਵੀ ਆਪਾਂ ਹਰ ਵਾਰੀ ਕਹਿ ਦਿੰਦੇ ਨੇ ਨਾ ਇਹ ਫੈਲ ਥਰੂ ਦ ਕ੍ਰੈਕਸ ਵੀ ਉਹੀ ਚੀਜ਼ ਆ ਵੀ ਇਹ ਵੀ ਇਸ ਹਿਸਾਬ ਦੇ ਨਾਲ ਮੈਂਟਲ ਇਲਨੈਸ ਦੇ ਲਈ ਇਹ ਦਾਖਲ ਹੋਇਆ ਉਹਦੇ ਕੋਲ ਹਥਿਆਰ ਸੀ ਕਿ ਉਹ ਪਤਾ ਆ ਪਰ ਫਿਰ ਵੀ ਕਹਿੰਦੇ ਵੀ ਉਸ ਤੋਂ ਨੂੰ ਅਲੱਗ ਨਹੀਂ ਕੀਤਾ ਗਿਆ ਇਹ ਕਿਤੇ ਨਾ ਕਿਤੇ ਨਾਕਾਮੀ ਜਿਹੜੀ ਪ੍ਰਸ਼ਾਸਨ ਦੀ ਇਸ ਦੇ ਵਿੱਚ ਇੱਕ ਵਾਰੀ ਫੇਰ ਨਜ਼ਰ ਆ ਰਹੀ ਆ 노 ਡਾਊਟ ਉਹ ਤੁਸੀਂ ਕਹਿ ਸਕਦੇ ਮੈਂਟਲ ਇਲਨੈਸ ਕਰਕੇ ਉਹਨੇ ਕਿਤੇ ਨਾ ਕਿਤੇ ਲੈ ਲੈਣੇ ਸੀ ਹੋਰ ਵੀ ਕਿਤੇ ਲੈਣੇ ਸੀ ਪਰ ਇੰਨੀ ਆਸਾਨੀ ਦੇ ਨਾਲ ਨਹੀਂ ਸੀ ਨਾ ਮਿਲਨੇ ਜੇ ਉਹ ਹੋਰ ਕਿਤੋਂ ਲੈਂਦਾ ਤਾਂ ਉਹਨੂੰ ਮੁਸ਼ਕਲ ਕਰਨੀ ਪੈਂਦੀ ਸੀ ਫਿਰ ਕਈ ਹੋਰ ਰੈਡ ਫਲੈਗ ਹੁੰਦੇ ਆ ਕਿਸੇ ਨੂੰ ਸ਼ੱਕ ਹੋ ਜਾਂਦਾ ਆ ਜੇ ਉਹ ਪਹਿਲਾਂ ਹੀ ਮੈਂਟਲੀ ਇਦਾਂ ਅਨਸਟੇਬਲ ਸੀ ਉਹਦੇ ਕੋਲ ਇਦਾਂ ਹਥਿਆਰ ਸੀ ਤੇ ਉਹਨੇ ਇਹ ਜਿਹੜੀ ਕਰਤੂਤ ਆ ਇਸ ਕਾਂਡ ਨੂੰ ਜਿਹੜਾ ਉਹ ਇਨਜ਼ਾਮ ਦੇਣ ਦੇ ਵਿੱਚ ਮੌਕਾ ਉਸ ਨੂੰ ਆਸਾਨੀ ਦੇ ਨਾਲ ਜਿਹੜਾ ਉਹ ਮਿਲ ਗਿਆ ਆ ਮੈਨ ਹੰਟ ਚੱਲ ਰਹੀ ਆ ਪਿਛਲੇ 2 ਦਿਨ ਤੋਂ ਪਰ ਹਾਲ ਦੀ ਘੜੀ ਕੋਈ ਉਹਨਾਂ ਨੂੰ ਬਹੁਤਾ ਖਾਸਾ ਸੁਰਾਖ ਹੱਥ ਦੇ ਵਿੱਚ ਨਹੀਂ ਆ ਰਿਹਾ ਲਾਸਟ ਨੋਨ ਪੋਜੀਸ਼ਨ ਉਸ ਦੀ ਜਿਹੜੀ ਗੱਡੀ ਦੀ ਆ ਉਹ ਲਿਸਬਨ ਸ਼ਹਿਰ ਦੇ ਵਿੱਚ ਦੇਖੀ ਗਈ ਆ ਇਹ ਵੀ ਹੋ ਸਕਦਾ ਵੀ ਉਹ ਜਾਣ ਕੇ ਗੱਡੀ ਇੱਥੇ ਛੱਡ ਕੇ ਹੋਰ ਪਾਸੇ ਗਿਆ ਹੋਵੇ ਆਬਵੀਅਸਲੀ ਸਾਰਿਆਂ ਨੇ ਮੂਵੀਆਂ ਦੇਖੀਆਂ ਦੇਖਿਆ ਵੀ ਜਿਹੜੇ ਹੁੰਦੇ ਆ ਇਸ ਚੀਜ਼ ਤੋਂ ਛਾਤਰ ਹੁੰਦੇ ਆ ਲੋਕ ਉਹ ਇਦਾਂ ਦੀਆਂ ਚੀਜ਼ਾਂ ਜਿਹਨੀਆਂ ਕਰ ਸਕਦੀਆਂ ਕਰ ਸਕਦੇ ਨੇ ਪੁਲਿਸ ਨੂੰ ਜਿਹੜਾ ਉਹ ਗਲਤ ਰਾਹ ਦੇ ਉੱਤੇ ਜਿਹੜਾ ਉਹ ਪਾਉਣ ਦੇ ਲਈ ਬ੍ਰਿਟਿਸ਼ ਵੀ ਉਹ ਹੋਰ ਪਾਸੇ ਵੀ ਜਿਹੜੇ ਉਹ ਕੰਮ ਆ ਕਰ ਰਹੇ ਹੋਣਗੇ ਸੋ ਕਹਿੰਦੇ ਵੀ ਬਹੁਤ ਹੀ ਕਮਿਊਨਿਟੀ ਦੇ ਜਿਹੜੇ ਲੋਕ ਆ ਉਹ ਕਹਿ ਰਹੇ ਆ ਵੀ ਜਿਹਨੇ ਮਾਰੇ ਗਏ ਆ ਬੜੇ ਹੀ ਚੰਗੇ ਲੋਕ ਸੀਗੇ ਬੜੀ ਮਾੜੀ ਗੱਲ ਹੋਈ ਆ ਇੱਕ ਤਾਂ ਇੱਕ ਜਿਹੜੇ ਡੈਫ ਲੋਕਾਂ ਦੇ ਲਈ ਇੰਟਰਪ੍ਰੀਟਰ ਸੀਗਾ ਜਿਹੜੇ ਸ਼ਾਰਿਆਂ ਦੇ ਨਾਲ ਉਹਨਾਂ ਨੂੰ ਸਾਈਨ ਲੈਂਗੁਏਜ ਦੇ ਨਾਲ ਸਮਝਾਉਂਦਾ ਸੀ ਜਿਨ੍ਹਾਂ ਨੂੰ ਸੁਣਦਾ ਨਹੀਂ ਆ ਉਸਦੀ ਵੀ ਕਹਿੰਦੇ ਇਸ ਦੇ ਵਿੱਚ ਮੌਤ ਹੋਈ ਹੈਗੀ ਆ ਇੱਕ ਸੈੱਲ ਫੋਨ ਉਸ ਦੇ ਨਾਲ ਜੁੜਿਆ ਹੋਇਆ ਉਹ ਇਨਵੈਸਟੀਗੇਟਰਸ ਨੂੰ ਇਸ ਟਾਈਮ ਮਿਲ ਚੁੱਕਾ ਹੈਗਾ ਆ ਮਲਟੀ ਸਟੇਟ ਜਿਹੜੀ ਮੈਨ ਹੰਟਾ ਉਹ ਇਸ ਦੇ ਲਈ ਰੌਬਰਟ ਕਾਰਟ ਦੇ ਲਈ ਚੱਲ ਰਹੀ ਹੈ ਜੀ ਆਪਾਂ ਇੱਕ ਬ੍ਰੇਕ ਲੈਨੇ ਹ ਜੋਸੀ ਦੀ ਆਵਾਜ਼ ਨਹੀਂ ਆ ਰਹੀ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜੁੜਦੇ ਆ ਫਿਰ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਜਿਹੜੀਆਂ ਆਪਾਂ ਸ਼ੇਅਰ ਕਰਾਂਗੇ ਕੀ ਕੁਝ ਚੱਲ ਰਿਹਾ ਹੋਰ ਅਮਰੀਕਾ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਜੁੜੇ ਰਹਿਣਾ ਇੱਦੇ ਪੰਜਾਬੀ ਰੇਡੀਓ ਯੂ ਐਸ ਏ ਦਾ

ਤੁਹਾਡਾ ਬਹੁਤ ਬਹੁਤ ਫੇਰ ਸਵਾਗਤ ਹੈ ਸੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਮੈਨਿਕਾ ਜੋ ਸਿੰਘ ਜੀ ਜੀ ਐਨ ਇੱਕ ਰਿਫੇਸ ਸਸਕਾਲ ਜੀ ਸਸਕਾਲ ਧੰਨਵਾਦ ਜੀ ਐਨ ਅਗਲੀ ਖਬਰ ਉਸਤੇ ਵੱਲ ਵਧੀਏ ਤਾਂ ਮਿਨੀਸੋਟਾ ਦੇ ਡੈਮੋਕ੍ਰੇਟ ਪਾਰਟੀ ਦੇ ਰਿਪਰੈਜ਼ੈਂਟੇਟਿਵ ਡੀਨ ਫਿਲਿਪਸ ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਵੀ ਉਹ ਪ੍ਰੈਜ਼ੀਡੈਂਟ ਦੇ ਲਈ ਰਨ ਕਰ ਰਹੇ ਨੇ ਲੌਂਗ ਸ਼ਾਟ ਆ ਡੈਮੋਕ੍ਰੇਟ ਜਿਹੜੇ ਪ੍ਰਾਈਮਰੀ ਚੈਲੰਜ ਕਰਨਾ ਪ੍ਰੈਜ਼ੀਡੈਂਟ ਜੋ ਬਾਇਡਨ ਨੂੰ ਜੋ ਕਿ ਇਸ ਟਾਈਮ ਰੀ ਇਲੈਕਸ਼ਨ ਸੀਕ ਕਰ ਰਹੇ ਨੇ ਉਹਨਾਂ ਨੇ ਆਪਣਾ ਇਹ ਐਲਾਨ ਕਰਦੇ ਹੋਏ ਕਿਹਾ ਵੀ ਕਹਿੰਦੇ ਵੀ ਮੈਂ ਮੈਂ ਸੋਚਦਾ ਹਾਂ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਬਹੁਤ ਵਧੀਆ ਕੰਮ ਕੀਤਾ ਆ ਪਰ ਕਹਿੰਦੇ ਵੀ ਇਹ ਹੁਣ ਪਾਸਟ ਦੀ ਅਤੀਤ ਦੀ ਗੱਲ ਨਹੀਂ ਭਵਿੱਖ ਦੀ ਇਹ ਗੱਲ ਆ ਇਹ ਇਲੈਕਸ਼ਨ ਫਿਊਚਰ ਦੇ ਲਈ ਆ ਜਿਸੇ ਕਰਕੇ ਮੈਂ ਚੁੱਪਚਾਪ ਨਹੀਂ ਬੈਠਾ ਰਹੂੰਗਾ ਬਹੁਤ ਸਾਰਿਆਂ ਨੇ ਇਸ ਦੇ ਬਾਰੇ ਚਰਚਾ ਜਿਹੜੀ ਉਹ ਕੀਤੀ ਸੀ ਪਰ ਡੀਨ ਫਿਲਿਪਸਾ ਉਹਨਾਂ ਨੇ ਇਹ ਫੈਸਲਾ ਆ ਲੈ ਲਿਆ ਹੈਗਾ ਸੋ ਕਹਿੰਦੇ ਵੀ ਅਗਲੀ ਨਵੰਬਰ ਦੇ ਵਿੱਚ ਆਪਾਂ ਐਮਰਜੈਂਸੀ ਫੇਸ ਕਰ ਰਹੇ ਹੈਗੇ ਆ ਸੋ ਇਹ ਇਹ ਚੀਜ਼ ਜਿਹੜੀ ਹੁਣ ਵਾਪਰੀ ਕੰਕਰਡ ਇਲਾਕੇ ਤੋਂ ਇਹ ਮਿਨੇਸੋਟਾ ਦੇ ਵਿੱਚ ਆ ਉੱਥੇ ਉੱਥੇ ਕਹਿੰਦੇ ਵੀ ਇਹ ਫਾਰਮਲੀ ਅਨਾਉਂਸ ਕਰਨਗੇ ਅੱਜ ਵੀ ਉਹ ਇਹ ਆਪਣਾ ਕੈਂਪੇਨ ਦੀ ਜਿਹੜੀ ਉਹ ਸ਼ੁਰੂਆਤ ਕਰਨ ਜਾ ਰਹੇ ਆ ਉਹਨਾਂ ਨੇ ਆਪਣੀ ਪਹਿਲੀ ਐਡ ਆਲਰੇਡੀ ਅੱਜ ਜਿਹੜੀ ਉੱਥੇ ਚਲਾ ਦਿੱਤੀ ਆ ਤਿੰਨ ਟਰਮ ਦੇ ਇਹ ਕਾਂਗਰਸਮੈਨ ਹੈਗੇ ਨੇ ਤੇ ਇਹਨਾਂ ਨੇ ਰੀਸੈਂਟਲੀ ਆਪਣੇ ਜਿਹੜੀ ਹਾਊਸ ਡੈਮੋਕ੍ਰੇਟ ਲੀਡਰਸ਼ਿਪ ਪੋਜੀਸ਼ਨ ਆ ਉਸ ਨੂੰ ਜਿਹੜਾ ਉਹ ਛੱਡ ਦਿੱਤਾ ਸੀਗਾ ਆਪਣੀ ਪਾਰਟੀ ਦੇ ਦਰਮਿਆਨ ਹੀ ਜਿਹੜੀ ਫਰਸਟ੍ਰੇਸ਼ਨਸ ਆ ਉਸ ਨੂੰ ਚੱਲਦੇ ਹੋਏ ਬਾਇਡਨ ਦੇ ਕਿੰਨੇ ਵੀ ਆਲਟਰਨੇਟਿਵ ਨੂੰ ਜਿਹੜਾ ਕੋਈ ਨਹੀਂ ਸੀ ਆ ਰਿਹਾ ਹੈਗਾ ਇਸੇ ਦੇ ਨਾਲ ਸਾਡੇ ਸੂਬੇ ਦੇ ਵੀ ਜਿਹੜੇ ਗਵਰਨਰ ਆ ਉਹਨਾਂ ਦੀ ਵੀ ਅੱਖ ਹੈਗੀ ਆ ਪ੍ਰੈਜ਼ੀਡੈਂਟ ਦੀ ਜਿਹੜੀ ਅ ਅਹੁਦੇ ਦੇ ਉੱਤੇ ਕੀ ਡੀਨ ਫਿਲਿਪਸ ਤੋਂ ਬਾਅਦ ਦੇ ਵਿੱਚ ਡੈਮੋਕ੍ਰੇਟ ਪਾਰਟੀ ਦੇ ਵਿੱਚ ਹਰ ਆਊਗਾ ਕੈਂਡੀਡੇਟਸ ਦਾ ਇਹ ਦੇਖਣ ਵਾਲੀ ਗੱਲ ਆ ਪਰ ਜਿਹੜੀ ਡੈਮੋਕ੍ਰੇਟ ਨੈਸ਼ਨਲ ਕਨਵੈਨਸ਼ਨ ਆ ਜਾਂ ਕਮੇਟੀ ਆ ਉਹਨਾਂ ਨੇ ਤਾਂ ਆਲਰੇਡੀ ਮਨਾ ਕੀਤਾ ਹੋਇਆ ਆ ਪ੍ਰਾਈਮਰੀਸ ਤੋਂ ਉਹਨਾਂ ਨੇ ਨਾ ਕੀਤੀ ਐ ਅੱਭੀ ਪ੍ਰੈਜ਼ੀਡੈਂਟ ਬਾਈਡਨ ਦੇ ਉਲਟ ਉਹ ਕਿਸੇ ਵੀ ਉਮੀਦਵਾਰ ਨੂੰ ਜਿਹੜਾ ਹੁਣ ਨਹੀਂ ਆਉਣ ਦੇਣਗੇ ਪਰ ਇਦਾਂ ਕੀ ਹੋ ਸਕੂਗਾ ਇਹ ਦੇਖਣ ਵਾਲੀ ਗੱਲ ਆ ਕੈਨੇਡੀ ਜਿਸ ਨੇ ਟਰਾਈ ਕੀਤੀ ਸੀਗੀ ਡੈਮੋਕ੍ਰੇਟ ਪਾਰਟੀ ਵੱਲੋਂ ਪ੍ਰੈਜ਼ੀਡੈਂਸ਼ੀਅਲ ਆਪਣਾ ਕੈਂਪੇਨ ਰਨ ਕਰਨ ਦੀ ਉਹਨਾਂ ਇਵੈਂਚੁਅਲੀ ਡੈਮੋਕ੍ਰੇਟ ਪਾਰਟੀ ਦਾ ਆ ਪੱਲਾ ਛੱਡ ਕੇ ਐਜ਼ ਅ ਇੰਡੀਪੈਂਡੈਂਟ ਥਰਡ ਪਾਰਟੀ ਦੇ ਵਜੋਂ ਕਹਿ ਲੋ ਆ ਉਹ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਆ ਚੁੱਕਾ ਹੈਗਾ ਹੁਣ ਡੀਨ ਫਿਲਿਪਸ ਤੋਂ ਬਾਅਦ ਦੇ ਵਿੱਚ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਆ ਡੀਨ ਫਿਲਿਪਸ ਨੇ ਕਿਹਾ ਕਿ ਨਾ ਮੈਂ ਬਾਈਡਨ ਹੁਣਾਂ ਦੇ ਨਾਲ ਅਗਸਟ ਮਹੀਨੇ ਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪ੍ਰੈਜ਼ੀਡੈਂਟ ਅਨ ਅਵੇਲੇਬਲ ਸੀਗਾ ਜਿਹੜੇ ਸੋਰਸ ਨੇ ਜਿਹੜਾ ਉਹ ਦੱਸਿਆ ਆ ਕਹਿੰਦਾ ਵੀ ਪਰ ਮੈਂ ਉਹ ਤੇ ਵਾਈਟ ਹਾਊਸ ਦੇ ਚੀਫ ਆਫ ਸਟਾਫ ਜੈਫ ਜ਼ੈਨਿਟਸ ਜਿਹੜੇ ਆ ਉਹਨਾਂ ਦੇ ਨਾਲ ਗੱਲ ਕੀਤੀ ਸੀ ਤੇ ਕਹਿੰਦੇ ਵੀ ਉਦੋਂ ਉਸ ਟਾਈਮ ਦੇ ਉੱਤੇ ਦੱਸਿਆ ਸੀਗਾ ਵੀ ਭਾਈ ਮੈਂ ਆ ਕੁਸ਼ਿਸ਼ ਕਰ ਰਿਹਾ ਕਹਿੰਦਾ ਮੈਂ ਕਲਟਸੀਸ ਇੱਕ ਉਹਨਾਂ ਨੂੰ ਦੱਸ ਰਿਹਾ ਸੀਗਾ ਮੈਂ ਐਡਵਾਈਸ ਕਰਨਾ ਚਾਹੁੰਦਾ ਸੀਗਾ ਵੀ ਆ ਮੇਰੀਆਂ ਇੰਟੈਂਸ਼ਨਸ ਹੈਗੀਆਂ ਆ ਤੇ ਅਗਲੀ ਜਨਰੇਸ਼ਨ ਆ ਅਗਲੀ ਪੀੜ੍ਹੀ ਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਨਾਮੀਨੇਸ਼ਨ ਦੇ ਵਿੱਚ ਕੰਪੀਟ ਕਰਨ ਦਾ ਮੌਕਾ ਮਿਲਣਾ ਚਾਹੀਦਾ ਜੀ ਅਗਲੀ ਖਬਰ ਵੱਲ ਚਲੀਏ ਜਿਹੜੀ ਸਾਡੀ ਸਟੇਟ ਕੈਲੀਫੋਰਨੀਆ ਉਹ ਦੇਖਿਆ ਜਾਵੇ ਤਾਂ ਕਹਿੰਦੇ ਵੀ ਯੂਐਸਏ ਦੇ ਵਿੱਚ ਜੇ ਦੇਖਿਆ ਜਾਵੇ ਸਭ ਤੋਂ ਮਹਿੰਗੇ ਸ਼ਹਿਰ ਜਿਹੜੇ ਆ ਜਿੱਥੇ ਰਹਿਣਾ ਔਖਾ ਆ ਤੇ ਉਹਨਾਂ 25 ਸ਼ਹਿਰ ਚੁਣੇ ਗਏ ਆ ਯੂਐਸ ਨਿਊਜ਼ ਵੱਲੋਂ ਉਹਨਾਂ ਚੋਂ 12 ਕੈਲੀਫੋਰਨੀਆ ਦੇ ਵਿੱਚ ਹੈਗੇ ਆ ਈਵਨ ਤੁਸੀਂ ਕਈ ਸ਼ਹਿਰ ਇਦਾਂ ਦੇ ਬਲੀਵ ਨਹੀਂ ਕਰ ਸਕਦੇ ਜਿੱਦਾਂ ਬਲੇਹੋ ਵਰਗਾ ਸ਼ਹਿਰ ਵੀ ਮੋਸਟ ਐਕਸਪੈਂਸਿਵ ਆ ਕਹਿੰਦੇ ਅੱਜ ਦੀ ਰੇਟ ਦੇ ਵਿੱਚ ਰਹਿਣਾ ਸੈਨ ਫਰਾਂਸਿਸਕੋ ਸਭ ਤੋਂ ਜ਼ਿਆਦਾ ਐਕਸਪੈਂਸਿਵ ਆ ਸੋ ਜੋ 25 ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਗਈ ਹੈਗੀ ਆ ਉਹਨਾਂ ਵੱਲੋਂ ਉਹਦੇ ਸਵੰਦ ਦੇ ਵਿੱਚ ਜੇ ਮੈਂ ਕੈਲੀਫੋਰਨੀਆ ਦਾ ਹੀ ਦੱਸਾਂ ਤੇ ਪਹਿਲੇ ਨੰਬਰ ਤੇ ਕਹਿੰਦੇ ਸੈਂਡ ਡੀਗੋ ਆ ਸਭ ਤੋਂ ਜ਼ਿਆਦਾ ਮੋਸਟ ਟੂ ਮੋਸਟ ਐਕਸਪੈਂਸਿਵ ਫਿਰ ਲਾਸ ਐਂਜਲਸ ਦੂਜੇ ਨੰਬਰ ਤੇ ਆ ਸੈਂਟਾ ਬਾਰਬਰਾ ਪੰਜਵੇਂ ਤੇ ਸੈਨ ਫਰਾਂਸਿਸਕੋ ਛੇਵੇਂ ਤੇ ਸਲੀਨਾ ਸੱਤ ਸੈਂਟਾ ਰੋਜ਼ਾ 8 ਤੇ ਬਲੇਹੋ ਤੇ ਜੋ ਸੈਨੋਜ਼ੇ ਆ ਉਹ 14ਵੇਂ ਨੰਬਰ ਤੇ ਹੈਗਾ ਸੈਕਰਾਮੈਂਟੋ 15ਵੇਂ ਨੰਬਰ ਤੇ ਸਟਾਕਟਨ 17ਵੇਂ ਨੰਬਰ ਤੇ ਮੋਡੇਸਟੋ 19 ਤੇ ਫਰिजਨੋ 20ਵੇਂ ਨੰਬਰ ਸੋ ਇਹਨਾਂ ਦੇ ਵਿੱਚ ਉਹਨੇ ਕਈ ਚੀਜ਼ਾਂ ਕਾਊਂਟ ਕੀਤੀਆਂ ਕਿਸ ਤਰ੍ਹਾਂ ਪੇਰੈਂਟ ਕਿੰਨਾ ਆ ਐਨਿਊਅਲ ਇਨਕਮ ਕਿੰਨੀ ਹੈਗੀ ਆ ਉਸ ਹਿਸਾਬ ਦੇ ਨਾਲ ਸੋ ਕੈਲੀਫੋਰਨੀਆ ਦੇ ਵਿੱਚ ਰਹਿਣਾ ਲੋਕਾਂ ਦੇ ਲਈ ਬਹੁਤ ਔਖਾ ਹੋਇਆ ਪਿਆ ਕਿਉਂਕਿ ਇੰਨੀ ਜ਼ਿਆਦਾ ਜਿਹੜੀ ਮਹਿੰਗਾਈ ਹੋਈ ਪਈ ਹੈ ਹੂੰ ਜੀ ਬਿਲਕੁਲ ਸਥਿਤੀ ਕੋਈ ਵਾੜੀ ਚੰਗੀ ਨਹੀਂ ਅਗਲੀ ਗੱਲ ਕਰਦੇ ਜਾਈਏ ਯੂਐਸਟੀ ਮਿਲਟਰੀ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਡਿਪਾਰਟਮੈਂਟ ਆਫ ਡਿਫੈਂਸ ਦੇ ਵੱਲੋਂ ਕਿ ਨੇ ਵੀ ਉਹ ਉਹਨਾਂ ਦੀ ਜਿਹੜੀ ਮਿਲਟਰੀ ਹੈ ਕੰਟੀਨਿਊਸਲੀ ਫੋਕਸ ਕਰੂਗੀ ਇਜ਼ਰਾਈਲ ਤੇ ਯੂਕਰੇਨ ਨੂੰ ਸਪੋਰਟ ਕਰਨ ਦੇ ਲਈ 900 ਦੇ ਤਕਰੀਬਨ ਯੂਐਸ ਦੇ ਜਿਹੜੇ ਟ੍ਰੂਪਸ ਨੇ ਉਹ ਪ੍ਰੋਸੈਸ ਦੇ ਵਿੱਚ ਨੇ ਡਿਪਲੋਏ ਕਰਨ ਦੇ ਲਈ ਯੂਐਸ ਸੈਂਟਰਲ ਕਮਾਂਡ ਏਰੀਆ ਆਫ ਆਪਰੇਸ਼ਨਜ਼ ਅਨੂ ਲੈ ਕੇ ਪ੍ਰੈਸ ਸੈਕਟਰੀ 에어 ਫੋਰਸ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਉਹਨਾਂ ਨੇ ਅੱਜ ਜਿਹੜਾ ਹਿਸਟਰੀ ਉੱਤੇ ਬਿਆਨ ਦਿੱਤਾ ਹੈ ਕਿੰਦੇ ਵੀ ਪ੍ਰਿਪੇਅਰ ਟੂ ਡਿਪਲੋਏ ਸਟੇਟਸ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਉੱਥੇ ਰੱਖਿਆ ਜਾਊਗਾ ਕਿੰਨੇ ਵੀ ਇਹ ਜਿਹੜੇ ਯੂਨਿਟਸ ਆ ਇਹ ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ ਬੈਟਰੀ ਜਿਹੜੇ ਫੋਰਟ ਬਲੈਸਟੈਕਸਸ ਆ ਉਸ ਦੇ ਵਿੱਚ ਕਿਤੇ ਜਾਣਗੇ ਸੋ ਅਮਰੀਕਾ ਨੇ ਇੱਕ ਵਾਰ ਫਿਰ ਕਹਿ ਸਕਦੇ ਆ ਬੀ ਦੁਹਰਾਇਆ ਆ ਕਿ ਇਜ਼ਰਾਈਲ ਨੂੰ ਤੇ ਯੂਕਰੇਨ ਨੂੰ ਜਿਹੜੀ ਆ ਉਹ ਪੂਰੀ ਸਹਾਇਤਾ ਫੌਜੀ ਪੱਖ ਤੋਂ ਵੀ ਦਿੰਦੇ ਰਹਿਣਗੇ ਫੌਜ ਡਾਇਰੈਕਟਲੀ ਇਨਵੋਲਵ ਤਾਂ ਨਹੀਂ ਹੈਗੀ ਇਹਨਾਂ ਦੋਨਾਂ ਥਾਵਾਂ ਦੇ ਉੱਤੇ ਪਰ ਐਡਵਾਈਜ਼ਿੰਗ ਦੇ ਵਿੱਚ ਜਾਂ ਉਹਨਾਂ ਦੇ ਫੌਜੀਆ ਨੂੰ ਸਹੂਲਤ ਦੇਣੀ ਹੈ ਉਹਨਾਂ ਨੂੰ ਸਿਖਾਉਣ ਦੇ ਵਿੱਚ ਲਗਾਤਾਰ ਅਮਰੀਕੀ ਫੌਜੀ ਲੱਗੇ ਹੋਏ ਜੀ ਅਗਲੀ ਖਬਰ ਵੱਲ ਚਲੀਏ ਕਹਿੰਦੇ ਚਾਈਨਾ ਦਾ ਇੱਕ ਫਾਈਟਰ ਜੈਟ ਯੂਐਸ ਬੋਮਰ ਦੇ ਬਿਲਕੁਲ 10 ਫੁੱਟ ਦੇ ਡਿਸਟੈਂਸ ਤੱਕ ਆ ਗਿਆ ਸੀ ਇਹ ਪੈਂਟਾਗਨ ਨੇ ਅੱਜ ਰਿਪੋਰਟ ਕੀਤਾ ਹੈ ਕਿ ਯੂਐਸ ਜੋ ਰੈਗੂਲਰ ਰੁਟੀਨ ਆਪਰੇਸ਼ਨ ਕਰ ਰਿਹਾ ਸੀ ਸਾਊਥ ਚਾਈਨਾ ਸੀ ਦੇ ਵਿੱਚ ਜਿੱਥੇ ਉਹਨਾਂ ਨੇ ਯੂਐਸ ਇੰਡੋ ਪੈਸੀਫਿਕ ਕਮਾਂਡ ਦੇ ਅੰਡਰ ਤੇ ਦੇਖਿਆ ਭਈ ਜੋ ਫਾਈਟਰ ਬੋਮਰ ਹੈਗਾ ਇਹਨਾਂ ਦਾ ਯੂਐਸ ਦਾ V-52 ਉਹਦੇ ਬਿਲਕੁਲ 10 ਫੁੱਟ ਦੇ ਲਾਗੇ ਚਾਈਨਾ ਦਾ ਫਾਈਟਰ ਜੈਟ ਆਇਆ ਤੇ ਕਹਿੰਦੇ ਭਈ ਯੂਐਸ ਦੇ ਅਫੀਸ਼ੀਅਲ ਇਹ ਕਹਿੰਦੇ ਆ ਭਈ ਸਾਨੂੰ ਲੱਗਦਾ ਜਿਹੜਾ ਪਾਇਲਟ ਆ ਉਹ ਅਨਅਵੇਅਰ ਸੀਗਾ ਇਸ ਇਸ਼ੂ ਦੇ ਉੱਤੋਂ ਤੇ 180 ਦੇ ਕਰੀਬ ਇਨਸੀਡੈਂਟਸ ਪਿਛਲੇ ਸਮੇਂ ਦੇ ਵਿੱਚ ਆਲਰੇਡੀ ਰਿਪੋਰਟ ਹੋ ਚੁੱਕੀ ਆ ਡਿਪਾਰਟਮੈਂਟ ਆਫ ਡਿਫੈਂਸ ਵੱਲੋਂ ਡੋਡੀ ਵੱਲੋਂ ਕਿ ਜੋ ਅਨਸੇਫ ਤੇ ਅਨਪ੍ਰੋਫੈਸ਼ਨਲ ਆ ਹੁਣ 10 ਫੁੱਟ ਤੇ ਤਾਂ ਬਿਲਕੁਲ ਜਿਹੜਾ ਆ ਉਹ ਐਕਸੀਡੈਂਟ ਹੋ ਸਕਦਾ ਸੀਗਾ ਕਹਿੰਦੇ ਵੀ ਜਦੋਂ ਚਾਈਨੀਜ਼ ਜਿਹੜਾ ਇਹ ਫਾਈਟਰ ਆ ਉਹ ਫਲਾਈ ਕਰ ਰਿਹਾ ਸੀ ਉਸ ਟਾਈਮ ਦੇ ਉੱਤੇ ਵਿਜ਼ਿਬਿਲਟੀ ਕੰਡੀਸ਼ਨ ਬੜੀ ਲੋ ਸੀਗੀ ਸੋ ਮਿਲਟਰੀ ਦਾ 에ਅਰਕ੍ਰਾਫਟ ਯੂਐਸ ਇੰਡੋ ਪੈਸੀਫਿਕ ਕਮਾਂਡ ਨੇ ਕਿਹਾ ਕੀ ਜੇ ਇੰਟੈਂਸ਼ਨਲੀ ਕੋਸ਼ਿਸ਼ ਕੀਤਾ ਗਿਆ ਤੇ ਜਿਹੜੇ ਸਾਡੇ ਫਾਈਟਰ ਆ ਬਿਲਕੁਲ ਉਸ ਟਾਈਮ ਤਿਆਰ ਹੁੰਦੇ ਆ ਪਰ ਲੱਕਲੀ ਇਹ ਜਿਹੜੀ ਸਿਚੁਏਸ਼ਨ ਆ ਇਹ ਐਸਕੇਲੇਟ ਨਹੀਂ ਹੋਈ ਹੈਗੀ ਯੂਐਸ ਮਿਲਟਰੀ ਪਲੇਨਸ ਹਜ਼ਾਰਾਂ ਮੀਲ ਟਰੈਵਲ ਕਰਦੇ ਹੈਗੇ ਆ ਚਾਈਨੀਸ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਮਾਇਓ ਨਿੰਗ ਨੇ ਇਹ ਦੱਸਿਆ ਹੈਗਾ ਕਿ ਵੀ ਉਹ ਵੀ ਜਿਹੜੀ ਸਾਡੀ ਟੈਰੀਟਰੀ ਦੇ ਬਿਲਕੁਲ ਬਾਰਡਰ ਤੇ ਆਉਂਦੇ ਆ ਹੂੰ ਜੀ ਅਗਲੀ ਜੇ ਦੀ ਗੱਲ ਕਰਦੇ ਜਾਈਏ ਬਰਸਲਸ ਤੋਂ ਜਿਹੜੀ ਖਬਰ ਆ ਰਹੀ ਆ ਪੁਲਿਸ ਉਥੋਂ ਦੀ ਲੋਕਲ ਪੁਲਿਸ ਆ ਉਹਨਾਂ ਨੇ ਇੱਕ ਸਸਪੈਕਟਡ ਗਨਮੈਨ ਜਿਸ ਉੱਤੇ ਇੱਕ ਅਸੀਂ ਦੋਸ਼ੀ ਹੈ ਵੀ ਉਸਨੇ ਦੋ ਸਵੀਡਨ ਦੇ ਲੋਕਾਂ ਨੂੰ ਮਾਰ ਦਿੱਤਾ ਆ ਉਸ ਨੂੰ ਸ਼ੂਟ ਡੈੱਡ ਕਰ ਦਿੱਤਾ ਹੈ ਉਸ ਨੂੰ ਪੁਲਿਸ ਦੇ ਦੁਆਰਾ ਮਾਰਿਆ ਗਿਆ ਹੈਗਾ ਇੱਕ ਟੈਰਰਿਸਟ ਅਟੈਕ ਬਰਸਲਸ ਦੇ ਵਿੱਚ ਹੋਇਆ ਸੀ ਸਸਪੈਕਟਡ ਗਨਮੈਨ ਦੇ ਦੁਆਰਾ ਪਰ ਉਸ ਨੂੰ ਪੁਲਿਸ ਨੇ ਕਹਿੰਦੇ ਵੀ ਉੱਥੇ ਕਾਬੂ ਕਰ ਲਿਆ ਹੈਗਾ ਯੂਰਪ ਤੋਂ ਇਦਾਂ ਦੀਆਂ ਘਟਨਾਵਾਂ ਬਹੁਤ ਘੱਟ ਸੁਣਨ ਨੂੰ ਜਿਹੜੀਆਂ ਉਹ ਮਿਲਦੀਆਂ ਆ ਪਰ ਹੁਣ ਉਥੇ ਵੀ ਇਦਾਂ ਦੇ ਹਮਲੇ ਇਦਾਂ ਦੀਆਂ ਚੀਜ਼ਾਂ ਅਟੈਕਸ ਜਿਹੜੇ ਆ ਉਹਨਾਂ ਵਿੱਚ ਵਾਧਾ ਹੋ ਰਿਹਾ ਹੈਗਾ ਆ ਕਹਿੰਦੇ ਵੀ ਇੱਕ ਕੈਫੇ ਦੇ ਵਿੱਚ ਕਿਸੇ ਨੂੰ ਦਿਖਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਇਹ ਦੇਖਿਆ ਗਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਪੁਲਿਸ ਨੂੰ ਉਹਨਾਂ ਨੇ ਦੱਸਿਆ ਤੇ ਉਹ ਸਪੌਟ ਕਰ ਲਿਆ ਗਿਆ ਬ੍ਰਸਲ ਦੀ ਜਿਹੜੀ ਮਿਊਨਿਸਪਲ ਪੈਲਟੀ ਆ ਉਸ ਦੇ ਵਿੱਚ ਤੇ ਉੱਥੇ ਜਿਹੜੀ ਪੁਲਿਸ ਨੇ ਇੰਟਰਵੈਂਸ਼ਨ ਕਰਦੇ ਹੋਏ ਉਸ ਨੂੰ ਗੋਲੀ ਦੇ ਨਾਲ ਉੱਥੇ ਹੀ ਢੇਰ ਕਰ ਦਿੱਤਾ ਜੀ ਅਗਲੀ ਖਬਰ ਵੱ ਚਲੀਏ ਯੂ ਐਸ ਏ ਦੇ ਵਿੱਚ ਇੰਟਰਸਟ ਰੇਟ 8% ਦੇ ਕਰੀਬ ਆ ਤੇ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈਗੀ ਆ ਬਹੁਤ ਸਾਰੇ ਲੋਕ ਜਿਹੜੇ ਯੂ ਐਸ ਏ ਨੂੰ ਭੜਦੇ ਵੀ ਰਹਿੰਦੇ ਆ ਤੇ ਕਾਮਰੇਡ ਜਿਹੜੇ ਮੁਲਕਾਂ ਉਹਨਾਂ ਦੀ ਸਿਫਤਾਂ ਕਰਦੇ ਰਹਿੰਦੇ ਆ ਤੇ ਜੇ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਜਾਈਏ ਬੀ ਵੀ ਸੀ ਨੇ ਅੱਜ ਰਿਪੋਰਟ ਕੀਤਾ ਆ ਰਸ਼ੀਆ ਨੇ ਆਪਣੀ ਬੈਂਕ ਦੇ ਜਿਹੜੇ ਇੰਟਰਸਟ ਰੇਟ ਆ 15% ਤੱਕ ਕਰ ਦਿੱਤੇ ਹੈਗੇ ਤਾਂ ਕਿ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ ਅ ਇਨਫਲੇਸ਼ਨ ਰਸ਼ੀਆ ਦੇ ਵਿੱਚ ਸਤੰਬਰ ਮਹੀਨੇ 6% ਸੀ ਤੇ ਤੁਸੀਂ ਯੂਐਸਏ ਦੇ ਨਾਲ ਹੁਣ ਕੰਪੇਅਰ ਕਰਕੇ ਦੇਖਿਓ ਕਹਿੰਦੇ ਵੀ ਬੈਂਕ ਆਫ ਰਸ਼ੀਆ ਨੇ 7.5% ਦੇ ਕਰੀਬ ਜੁਲਾਈ ਤੋਂ ਲੈ ਕੇ ਹੁਣ ਤੱਕ ਇੰਟਰਸਟ ਰੇਟ ਵਧਾਇਆ ਹੈਗਾ ਸੋ so, ਹੁਣ 15% ਜਿਸ ਮੁਲਕ ਦੇ ਵਿੱਚ ਇੰਟਰਸਟेड ਹੋਊਗਾ ਉੱਥੇ ਸਿਚੁਏਸ਼ਨ ਤੁਸੀਂ ਦੇਖੋ ਕਿ ਜੇ ਸਾਡੇ 15% ਹੋ ਜਾਏ ਤਾਂ ਕੋਈ ਚੀਜ਼ ਤੁਸੀਂ ਖਰੀਦਣ ਦੇ ਕਾਬਿਲ ਹੋਵੋਗੇ ਚਾਹੇ ਉਹ ਘਰ ਆ ਜਾਂ ਕਾਰ ਆ ਜਾਂ ਕੋਈ ਤੁਹਾਡਾ ਜਿਹੜਾ ਵਾਸ਼ਰ ਡਰਾਈਰ ਘਰ ਦਾ ਜੋ ਵੀ ਸਮਾਨ ਤੁਸੀਂ ਲੈਣਾ ਹੈ ਪੱਤੇ ਵੇਗ ਗਏ ਜੀ ਪੱਤੇ ਵੇਗ ਗਏ ਉੱਥੇ ਦੇ ਬਹੁਤ ਬੁਰਾ ਹਾਲ ਜਿਹੜਾ ਹੋ ਆ ਹੋਇਆ ਪਿਆ ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਉੱਥੇ ਆ ਮਨੀ ਪਈ ਆ ਸੋ ਰੂਸ ਤੇ ਹਲਾਤ ਕੋਈ ਬਾੜੇ ਚੰਗੇ ਨਹੀਂ ਆ ਉਦਾਂ ਹੀ ਦੁਨੀਆ ਭਰ ਦੇ ਵਿੱਚ ਉਹਨੇ ਇਕਨੋਮਿਕ ਹਾਲਾਤ ਆ ਇਦਾਂ ਹੀ ਚੱਲ ਰਹੇ ਆ ਦੇਖੋ ਖਬਰਾਂ ਕਈ ਤਰੀਕੇ ਦੀਆਂ ਹੁੰਦੀਆਂ ਨੇ ਨਹੀਂ ਆਪਾਂ ਪਹਿਲਾਂ ਵੀ ਕਈ ਰਹੀਏ ਡਿਸਕਸ ਕੀਤਾ ਇੱਕ ਦਿਨ ਕਹਿੰਦੇ ਰੈਸੈਸ਼ਨ ਆ ਜਾਣਾ ਇੱਕ ਦਿਨ ਕਹਿੰਦੇ ਵੀ ਸੌਫਟ ਲੈਂਡਿੰਗ ਹੋ ਗਈ ਇੱਕ ਦਿਨ ਕਹਿੰਦੇ ਆ ਵੀ ਇਹਨਾਂ ਨੂੰ ਇਹਨਾਂ ਨੇ ਪਹਿਲਾਂ ਜਿਹੜੀ ਵਧੀਆ ਕਿਆਸ ਰਹੀਆਂ ਨਹੀਂ ਕਹਤੀਆਂ ਸੋ ਸਭ ਕੁਝ ਜਿਹੜਾ ਉਹ ਨਾਲ ਦੇ ਨਾਲ ਘਿਓ ਖਿਚੜੀ ਜਿਹੜਾ ਉਹ ਹੋਇਆ ਪਿਆ ਆ ਸੋ ਆਪ ਨੂੰ ਹੀ ਜਿਹੜਾ ਉਹ ਧਿਆਨ ਦੇ ਕੇ ਤੁਹਾਡੇ ਲਈ ਕੀ ਫਾਇਦਾ ਹੈ ਕੀ ਨੁਕਸਾਨ ਆ ਵਰਸ ਕੇਸ ਕੰਡੀਸ਼ਨ ਦੇ ਲਈ ਤਿਆਰ ਰਹਿ ਕੇ ਜਿਹੜਾ ਆ ਆਪਣੇ ਆਪ ਨੂੰ ਰੱਖਣਾ ਆਪਾਂ ਨੂੰ ਜ਼ਰੂਰ ਚਾਹੀਦਾ ਆ ਬਿਲਕੁਲ ਯੂਰਪੀਅਨ ਯੂਨੀਅਨ ਦੇ ਜਿਹੜੇ ਲੀਡਰ ਆ ਉਹ ਕਹਿੰਦੇ ਆ ਵੀ ਜੋ ਸੈਂਕਸ਼ਨ ਲਾਈਆਂ ਉਹ ਕੰਮ ਕਰ ਰਹੀਆਂ ਹੈਗੀਆਂ ਤਦੇ ਕਰਕੇ ਜਿਹੜੀ ਰਸ਼ੀਆ ਦੀ ਸਿਚੁਏਸ਼ਨ ਆ ਇੰਨੀ ਬੈਡ ਆ ਦੂਜੇ ਪਾਸੇ ਜੇ ਆਪਾਂ ਅਮਰੀਕਾ ਦੀ ਗੱਲ ਕਰ ਲਈਏ ਯੂਐਸ ਦੇ ਕੰਜ਼ਿਊਮਰ ਦੀ ਜਿਹੜੀ ਸਪੈਂਡਿੰਗ ਆ ਉਹ 3rd ਕੁਆਟਰ ਦੇ ਵਿੱਚ ਵੀ ਬਹੁਤ ਸਟਰੋਂਗ ਹੋਈ ਆ ਉਹ ਹਨਾ ਜਿਹੜੀ ਇਨਫਲੇਸ਼ਨ ਕਹਿੰਦੇ ਹੋਰ ਵੱਧ ਸਕਦੀ ਹੈਗੀ ਸੋ ਧੜਾ ਧੜ ਅਮਰੀਕਾ ਦੇ ਵਿੱਚ ਲੋਕ ਹਜੇ ਵੀ ਮਨੀ ਜਿਹੜਾ ਸਪੈਂਡ ਕਰ ਰਹੇ ਆ ਹਜੇ ਵੀ ਉਹਦੇ ਉੱਤੇ ਕ੍ਰੈਡਿਟ ਕਾਰਡਾਂ ਦੇ ਉੱਤੇ ਕੰਟਰੋਲ ਨਹੀਂ ਕਰ ਰਹੇ ਹੈ ਹਜੇ ਥੋੜੇ ਦਿਨ ਪਹਿਲਾਂ ਕਹਿ ਰਹੇ ਸੀ ਕਿ ਕੰਜ਼ਿਊਮਰ ਸਪੈਂਡਿੰਗ ਦੇ ਵਿੱਚ ਡਿਕਰੀਜ਼ ਹੋਇਆ ਹੈ ਪਰ ਸਪਤੰਬਰ ਦੇ ਵਿੱਚ ਕਹਿੰਦੇ ਵੀ ਜਿੰਨੀਆਂ ਕਿਆਸ ਰਹੀਆਂ ਸੀ ਉਸ ਤੋਂ ਵੱਧ ਇਨਕਰੀਜ਼ ਜਿਹੜਾ ਹੁਣ ਹੋ ਗਿਆ ਸੋ ਕੋਰ ਇਨਫਲੇਸ਼ਨ ਫੇਰ ਵੱਧ ਕੇ 3.7% ਦੇ ਉੱਤੇ ਆ ਚੁੱਕੀ ਆ ਇਹ ਪਿਛਲੇ ਸਾਲ ਦੇ ਮੁਕਾਬਲੇ ਇਹ ਆਪਾਂ بار-ਬਾਰ ਤੁਹਾਨੂੰ ਦੱਸਦੇ ਹੁੰਦੇ ਆ ਵੀ ਭਾਈ ਨੰਬਰ ਜਿਹੜੇ ਆ ਨਾ ਉਹ ਇਸੇ ਹਿਸਾਬ ਦੇ ਨਾਲ ਹੀ ਦਿਖਾਏ ਜਾਂਦੇ ਆ ਵੀ ਤੁਹਾਨੂੰ ਜਿਹੜਾ ਭਲੇਖੇ ਦੇ ਵਿੱਚ ਪਾਇਆ ਜਾ ਸਕੇ ਕੰਜ਼ਿਊਮਰਸ ਪੈਂਡਿੰਗ ਕਹਿੰਦੇ ਵੀ ਕੁੱਲ ਯੂਐਸ ਇਕਨੋਮੀ ਦੀ ਐਕਟੀਵਿਟੀ ਦਾ 2/3 ਹਿੱਸਾ ਆ ਉਸ ਤੋਂ ਵੱਧ ਅਕਾਊਂਟ ਕਰਦੀ ਆ ਸੋ ਪਿਛਲੇ ਮਹੀਨੇ ਸਤੰਬਰ ਦੇ ਵਿੱਚ 0.7% ਉਸ ਦੇ ਵਿੱਚ ਵਾਧਾ ਦੇਖਿਆ ਗਿਆ ਸੀ ਹੁਣ ਅਗੇ ਸ਼ਾਪਿੰਗ ਸੀਜ਼ਨ ਆ ਰਹੇ ਆ ਅ ਅ थैੰਕਸ giving 블랙 프라이데이 크리스마스 할로윈 ਇਸ ਦੇ ਦੌਰਾਨ ਖਰਚੇ ਜਿਹੜੇ ਲੋਕਾਂ ਨੇ ਉਹ ਕਰਨੇ ਹੀ ਹੁੰਦੇ ਆ ਆਰਥ ਸ਼ਾਸਤਰੀ ਸੋਚ ਰਹੇ ਸੀਗੇ ਵੀ ਸਪੈਂਡਿੰਗ 0.5% ਵਧੂਗੀ ਪਰ 0.7% ਜਿਹੜੀ ਆ ਉਹ ਵਧੀ ਹੈਗੀ ਆ ਸੋ लेट्स ਸੀ ਅਗੇ ਕੀ ਬਣਦਾ ਹੈ ਪਰ ਇਹਦੇ ਵਿੱਚ ਜਿਹੜਾ ਸਭ ਤੋਂ ਮੇਨ ਇਹਨਾਂ ਨੇ ਦੱਸਿਆ ਵੀ ਜਿਹੜੀ ਕੋਰ ਇਨਫਲੇਸ਼ਨ ਆ ਉਹ ਇਕਰੀਫੇ 3.7 ਦੇ ਉੱਤੇ ਪਹੁੰਚੀ ਆ ਸੋ ਇਹ ਵੀ ਹੋ ਸਕਦਾ ਹੈ ਵੀ ਅਗਲੇ ਮਹੀਨੇ ਜਦ ਹੁਣ ਫੈਡ ਨੇ ਬੈਠਣਾ ਆ ਗੱਲਬਾਤ ਕਰਨੀ ਆ ਤੇ ਜਿਹੜੀ ਇਹ ਕਹਦੇ ਆ ਵੀ ਇੱਕ ਅੱਧੀ ਵਾਰੀ ਹੋਰ ਇੰਟਰਸਟ ਰੇਟ ਵਧਾਉਣਾ ਆ ਉਹ ਫੇਰ ਵਧਾ ਸਕਦੇ ਆ ਤਾਂ ਜੋ ਇਹ ਜਿਹੜੀ ਕੋਰ ਇਨਫਲੇਸ਼ਨ ਜਾਂ ਓਵਰਆਲ ਇਨਫਲੇਸ਼ਨ ਐਸਨੋ 2% ਦੇ ਉੱਤੇ ਲਿਆਉਣ ਦਾ ਜਿਹੜਾ ਇਹਨਾਂ ਦੀ ਕੋਸ਼ਿਸ਼ਾਂ ਹੈਗੀਆਂ ਆ ਤੇ ਅਗਲੇ ਸਾਲ ਬਹੁਤ سارے ਜਿਹੜੇ ਅਰਥ ਸ਼ਾਸਤਰੀ ਤੇ ਜਿਹੜੀਆਂ ਭੁਖਵਾਣੀਆਂ ਇਸ ਦੇ ਬਾਰੇ ਕਰਨ ਵਾਲੇ ਆ ਉਹ ਇਹੀ ਕਹਿ ਰਹੇ ਆ ਵੀ ਟੈਕਸ ਕੱਟ ਤਾਂ ਹੋਣੇ ਸ਼ੁਰੂ ਹੋ ਸੌਰੀ ਜਿਹੜੇ ਇੰਟਰਸਟ ਰੇਟ ਕੱਟਸਾ ਰੇਟ ਕੱਟਸਾ ਉਹ ਹੋਣੇ ਸ਼ੁਰੂ ਹੋ ਜਾਣਗੇ ਜੀ ਅ ਸਾਡਾ ਖਬਰਾਂ ਦਾ ਸਮਾਂ ਵੀ ਲੱਗ ਗਿਆ ਤੇ ਜਾਂਦੇ ਜਾਂਦੇ ਖਬਰ ਸਾਂਝੀ ਕਰਦੀ ਜਾਈਏ ਜੱਜ ਨੇ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕੇਸ ਦੇ ਵਿੱਚ ਹੈਗਾ ਉਹਨਾਂ ਨੇ ਆਰਡਰ ਕੀਤਾ ਵੀ ਉਹਨਾਂ ਦੀ ਡਾਟਰ ਐਂਬੀਕਾ ਟਰੰਪ ਨੂੰ ਜੋ 250 ਮਿਲੀਅਨ ਡਾਲਰ ਫਰਾਡ ਦਾ ਕੇਸ ਚੱਲ ਰਿਹਾ ਪ੍ਰੈਜ਼ੀਡੈਂਟ 트੍ਰੰਪ ਦੇ ਉੱਤੇ ਉਹਦੇ ਕੇਸ ਦੇ ਵਿੱਚ ਟੈਸਟੀਫਾਈ ਲਈ ਸੱਦਿਆ ਜਾਵੇ ਈਵਨ ਦੋ ਉਹਨਾਂ ਨੇ ਇਹ ਕਿਹਾ ਹੈ ਬਈ ਉਹ ਐਜ਼ ਅ ਵਿਟਨੈਸ ਉਹਨਾਂ ਨੂੰ ਨਵੰਬਰ 1 ਤੋਂ ਬਾਅਦ ਜਿਹੜਾ ਆ ਕਾਲ ਕੀਤਾ ਜਾਵੇ 트੍ਰੰਪ ਦੇ ਐਟਾਰਨੀ ਨੇ ਨਿਊਯਾਰਕ ਦੇ ਐਟਾਰਨੀ ਜਨਰਲ ਨਾਟੀਸ਼ਾ ਜੇਮਸ ਜੋਆ ਉਹਨਾਂ ਦੇ ਨਾਲ ਇਹਦੇ ਉੱਤੇ ਕਾਫੀ ਜਿਹੜੀ ਆ ਵੈਸ ਵੀ ਕੀਤੀ ਆ ਬਈ ਤੁਸੀਂ ਇਹ ਜਿਹੜਾ ਪੋਲੀਟਿਕਲੀ ਉਹਨਾਂ ਦੀ ਜਿਹੜੀ ਡਾਟਰ ਨੂੰ ਆ ਇਨਵੋਲਵ ਕਰ ਰਹੇ ਹੈਗੇ ਆ ਸੋ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਜਿਹੜੇ ਕਾਫੀ ਕੇਸ ਚੱਲ ਰਹੇ ਇਸ ਟਾਈਮ ਦੇ ਉੱਤੇ ਤੇ ਕਾਫੀ ਜਿਹੜੀ ਬਹਿਸ ਆ ਉੱਥੇ ਗਰਮਾ ਗਰਮੀ ਦੇ ਵਿੱਚ ਹੁੰਦੀ ਰਹਿੰਦੀ ਆ ਕਈ ਵਾਰੀ ਉਹ ਜਿਹੜੇ ਜੱਜ ਦੇ ਕਹੇ ਦੇ ਉਲਟ ਵੀ ਬੋਲ ਜਾਂਦੇ ਆ ਪਿਛੇ ਜਿਆ 10000 ਡਾਲਰ ਦਾ ਜਿਹੜਾ ਫਾਈਨ ਆ ਉਹ ਵੀ ਉਹਨਾਂ ਨੂੰ ਹੋਇਆ ਜੀ ਤੇ ਜਾਣ ਤੋਂ ਪਹਿਲਾਂ ਹਰਜੋਤ ਸਿੰਘ ਜੀ ਆਪਣੇ ਸਾਰੇ ਹੀ ਸੋਸ਼ਲ ਮੀਡੀਆ ਵਾਲੇ ਜਿਹੜੇ ਸਾਡੇ ਸਪੋਰਟਰਸ ਆ ਉਹਨਾਂ ਦੇ ਲਈ ਅਸੀਂ ਇੱਕ ਖੁਸ਼ਖਬਰੀ ਪੇਸ਼ ਕਰਦੇ ਆ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਦੇ ਉੱਤੇ 4.5 ਲੱਖ ਫਾਲੋਅਰਸ ਹੋ ਚੁੱਕੇ ਆ ਤੇ YouTube ਦੇ ਉੱਤੇ 1 ਲੱਖ ਸਬਸਕ੍ਰਾਈਬਰ 100000 ਸਬਸਕ੍ਰਾਈਬਰ ਜਿਹੜੇ ਆ ਉਹ ਹੋ ਚੁੱਕੇ ਆ ਸੋ ਉਸ ਦੇ ਲਈ ਅਸੀਂ ਸਾਰੇ ਹੀ ਸਾਡੇ ਉਹਨਾਂ ਸਪੋਰਟਰਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਦੋਂ ਤੋਂ 2010 ਤੋਂ ਪੰਜਾਬੀ ਰੇਡੀਓ ਯੂਐਸਏ ਚੱਲ ਰਿਹਾ ਆ ਜਦੋਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਸਰਗਰਮੀ ਕਰ ਰਹੇ ਆ ਤੁਸੀਂ ਹਰ ਸਾਲ ਹਰ ਵਾਰੀ ਤੁਸੀਂ ਸਪੋਰਟ ਕਰਦੇ ਆ ਹੋਰ ਪਰਿਵਾਰਾਂ ਨੂੰ ਨਾਲ ਜੋੜਦੇ ਆ ਆਪਣੇ ਦੋਸਤਾਂ ਮਿੱਤਰਾਂ ਨੂੰ ਨਾਲ ਜੋੜਦੇ ਆ ਉਸ ਤੇ ਲਈ ਅਸੀਂ ਸਾਰਿਆਂ ਦਾ ਧੰਨਵਾਦ ਤੇ ਇਦਾਂ ਹੀ ਤੁਸੀਂ ਜਿਹੜਾ ਹੋ ਸਪੋਰਟ ਕਰਦੇ ਰਹੋ ਕੋਸ਼ਿਸ਼ਾਂ ਇਹੀ ਆ ਵੀ ਵਧੀਆ ਤੋਂ ਵਧੀਆ ਕੰਟੈਂਟ ਵਧੀਆ ਤੋਂ ਵਧੀਆ ਚੀਜ਼ਾਂ ਤੁਹਾਡੇ ਲਈ ਜਿਹੜੀਆਂ ਆ ਉਹ ਪੇਸ਼ ਕਰਦੇ ਰਹੀਏ ਕੌਮ ਦੀ ਗੱਲ ਹੋਵੇ ਚਾਹੇ ਇਥੇ ਦੀ ਲੋਕ ਕਲਾ ਚਾਹੇ ਪੰਜਾਬ ਦੀ ਗੱਲ ਆ ਹਸਣ ਖੇਡਣ ਵਾਲੀ ਗੱਲ ਆ ਐਂਟਰਟੇਨਮੈਂਟ ਵਾਲੀ ਗੱਲ ਆ ਵੱਖ-ਵੱਖ ਪਹਿਲੂਆਂ ਤੋਂ ਵੱਖ-ਵੱਖ ਚੀਜ਼ਾਂ ਜਿਹੜੀਆਂ ਹਮੇਸ਼ਾ ਤੁਹਾਡੇ ਲਈ ਆਪਾਂ ਪੇਸ਼ ਕਰਦੇ ਰਾਵਾਂਗੇ ਜਿੱਦਾਂ ਹੁਣ ਲਗਾਤਾਰ ਆਪਾਂ ਪਿਛਲੇ ਭਾਈ ਨੱਜਰ ਹੋਣਾਂ ਦੇ ਮਾਮਲੇ ਤੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਕਵਰੇਜ ਜਿਹੜੀ ਉਸ ਨੂੰ ਜਿਹੜੀ ਉਹ ਦਿੱਤੀ SB553 ਦਾ ਚਾਹੇ ਮੁੱਦਾ ਸੀਗਾ ਉਹ ਆਪਾਂ ਲੈ ਕੇ ਆਇਆ ਸੀ ਸਾਰੀਆਂ ਚੀਜ਼ਾਂ ਕਰ ਰਹੇ ਆ ਹੁਣ ਯੂਬਾ ਸਿਟੀ ਤੋਂ ਨਗਰ ਕੀਰਤਨ ਦੇ ਸੰਬੰਧ ਵਿੱਚ ਜੋ ਸਮਾਗਮ ਚੱਲ ਰਹੇ ਉਹਨਾਂ ਦੇ ਸਿੱਧੇ ਪ੍ਰਸਾਰਣ ਚੱਲ ਰਹੇ ਆ ਹੋਰ ਜਿਹੜੇ ਨਗਰ ਕੀਰਤਨ ਹੋਣੇ ਆ ਉਹਨਾਂ ਦਾ ਪ੍ਰਸਾਰਣ ਜਿਹੜਾ ਉਹ ਚੱਲਣਾ ਹੈ ਪਹਿਲਾਂ ਵੀ ਇਦਾਂ ਹੀ ਹੁੰਦਾ ਰਿਹਾ ਆ ਸੋ ਅਸੀਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਦੇ ਉੱਤੇ 1 ਲੱਖ ਸਬਸਕ੍ਰਾਈਬਰ ਉੱਥੇ ਹੋ ਚੁੱਕੇ ਨੇ ਤੇ 4.5 ਲੱਖ ਫਾਲੋਅਰਸ Facebook ਦੇ ਉੱਤੇ ਪੰਜਾਬੀ ਰੇਡੀਓ ਯੂਐਸਏ ਦੇ ਪੇਜ ਉਤੇ ਹੋਏ ਆ ਸੋ ਅਸੀਂ ਸਾਰਿਆਂ ਨੂੰ ਹੀ ਬਹੁਤ ਬਹੁਤ ਵਧਾਈ ਤਹਿ ਦਨੋਂ ਸ਼ੁਕਰੀਆ ਅਸੀਂ ਸਾਰਿਆਂ ਦਾ ਕਰਦੇ ਆ ਜੀ ਸੋ ਬਿਲਕੁਲ ਇਸੇ ਤਰ੍ਹਾਂ ਜਿੰਨੇ ਵੀ ਸਾਡੇ ਸਰੋਤੇ ਆ ਜੀ ਸੱਚਮੁੱਚ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਨੂੰ ਪਿਆਰ ਕਰਦੇ ਹੋ ਤੇ ਤੁਹਾਡਾ ਕੋਈ ਵੀ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਪੰਜਾਬੀ ਰੇਡੀਓ ਯੂਐਸਏ ਦੇ ਸੈਟ ਤੋਂ ਬਿਨਾਂ ਨਹੀਂ ਰਹਿਣਾ ਚਾਹੀਦਾ ਜੁਬਸਿਟੀ ਨਗਰ ਕੀਰਤਨ ਤੇ ਸਾਡੇ ਕੋਲ ਲਿਮਟਿਡ ਜੋ ਇੰਟਰਨੈਟ ਤੇ ਰੇਡੀਓ ਸੈਟਸ ਹੈਗੇ ਆ ਸੋ ਜੇ ਤੁਸੀਂ ਲੈਣੇ ਆ ਉਹ ਜਰੂਰ ਫੋਨ ਕਰਕੇ ਪੰਜਾਬੀ ਜਿਹੜੀ ਯੂ ਐਸ ਏ ਤੇ ਆਪਣੇ ਬੁੱਕ ਕਰਾ ਲਿਓ ਕਿਉਂਕਿ ਲਿਮਟਿਡ ਹੀ ਆਪਾਂ ਲਿਆ ਸਕਦੇ ਆ 408 272 5200 ਤੇ 408 272 5200 ਦੇ ਉੱਤੇ ਬਾਕੀ ਇਸ ਵੀਕਐਂਡ ਇਸ ਐਤਵਾਰ ਨੂੰ ਬੈਕਰਸਫੀਲਡ ਜੋ ਨਗਰ ਕੀਰਤਨ ਹੋਣਾ ਉੱਥੇ ਵੀ ਸਾਡੀ ਟੀਮ ਦੇ ਕੁਝ ਮੈਂਬਰ ਹੋਣੇ ਆ ਜੋ ਫ੍ਰਿਜਨੋ ਦੇ ਵਿੱਚ ਗੁਰਦਾਰਾ ਗੁਰਨਾਨਕ ਪ੍ਰਕਾਸ਼ ਵੱਲੋਂ ਨਗਰ ਕੀਰਤਨ ਹੋਣਾ ਆ ਉੱਥੇ ਵੀ ਕੁਝ ਟੀਮ ਦੇ ਮੈਂਬਰ ਹੋਣਗੇ ਤੇ 베ਰੀਏ ਦੇ ਵਿੱਚ ਬਹੁਤ ਵੱਡੀ ਪੰਜਾਬੀ ਕਾਨਫਰੰਸ ਹੋ ਰਹੀ ਆ ਉੱਥੇ ਵੀ ਕੁਝ ਮੈਂਬਰ ਸਾਡੀ ਜਿਹੜੀ ਪੰਜਾਬੀ ਜਿਹੜੀ ਯੂ ਐਸ ਏ ਦੇ ਪਹੁੰਚਣਗੇ ਜੀ ਜੀ ਬਿਲਕੁਲ ਸੋ ਧੰਵਾਦ ਸਾਰਿਆਂ ਦਾ ਸਪੋਰਟ ਦੇ ਲਈ ਇਦਾਂ ਹੀ ਸਪੋਰਟ ਜਿਹੜੀ ਉਹ ਕਰਦੇ ਰਹੋ ਇਦਾਂ ਹੀ ਹਲਾਸ਼ੇਰੀ ਦਿੰਦੇ ਰਹੋ ਇਦਾਂ ਹੀ ਤੁਹਾਡੇ ਲਈ ਵਧੀਆ ਤੋਂ ਵਧੀਆ ਜਿਹੜੇ ਪ੍ਰੋਗਰਾਮ ਆ ਉਹ ਆਪਾਂ ਲਿਆਉਂਦੇ ਰਵਾਂਗੇ ਧੰਵਾਦ ਤੇ ਮਿਲਦੇ ਹਾਂ ਜੀ ਹੁਣ ਅਗਲੀ ਵਾਰ ਸਭ ਨੂੰ ਪਿਆਰ ਸਤਿਕਾਰ ਕਰਨੇ ਕੀ ਜਾਈ ਸਤਿ ਸ੍ਰੀ ਅਕਾਲ